ਸਾਡੀ ਇਸ ਆਈਸੀਸੀ ਆਫ ਤੋਂ ਇਲਾਵਾ ਸਾਡੀ ਸਾਊਥ ਹੈਬਰਟਸਫੋਰਡ ਚਰਚ ਹੋਰ ਵੀ ਬਹੁਤ ਸਾਰੇ ਮਿਸ਼ਨਸ ਦੇ ਕੰਮ ਕਰਦੀ ਆ ਅਸੀਂ ਹਰ ਹਫਤੇ ਪ੍ਰਭੂ ਦੇ ਘਰ ਆਉਂਦੇ ਆ ਔਰ ਤੁਹਾਨੂੰ ਪਤਾ ਕਿ ਸਾਡੀ ਚਰਚ ਦਾ ਅਸੂਲ ਅਸੀਂ ਪਿਛਲੇ 32 34 ਸਾਲ ਹੋ ਗਏ ਸਾਨੂੰ ਪ੍ਰਭੂ ਨੇ ਇੱਥੇ ਲਿਆਂਦਿਆ ਨੂੰ ਅਸੀਂ ਕਦੀ ਵੀ ਚਰਚ ਦੇ ਵਿੱਚ ਥਾਲੀ ਨਹੀਂ ਕਮਾਈ ਸਾਡੇ ਹਮੇਸ਼ਾ ਪਿੱਛੇ ਗੱਲਾਂ ਹੁੰਦਾ ਔਰ ਤੁਸੀਂ ਹਮੇਸ਼ਾ ਆਪਣੀ ਆਪਣੀ ਦੇਖੀ ਉਹਦੇ ਵਿੱਚ ਪਾਉਨੇ ਆ ਔਰ ਬੜੇ ਪਿਆਰ ਦੇ ਨਾਲ ਬੜੀ ਪ੍ਰਭੂ ਦੀ ਕਿਰਪਾ ਦੇ ਨਾਲ ਤੁਸੀਂ ਪਾਉਨੇ ਆ ਲੇਕਿਨ ਉਹ ਪੈਸੇ ਜਾਂਦੇ ਕਿੱਥੇ ਆ ਉਹਨਾਂ ਪੈਸਿਆਂ ਦੇ ਨਾਲ ਕੀ ਕੀਤਾ ਕੀ ਜਾਂਦਾ ਕਿਉਂਕਿ ਜਿਹੜੇ ਪੈਸੇ ਅਸੀਂ ਪਾਉਨੇ ਆ ਜਿਹੜਾ ਸਭ ਤੋਂ ਪਹਿਲਾ ਜਿਹੜਾ ਉਸ ਪੈਸੇ ਦਾ ਜਿਹੜਾ ਕੰਮ ਆ ਉਹ ਇਹ ਹੈ ਕਿ ਦੂਸਰਿਆਂ ਤੱਕ ਪ੍ਰਭੂ ਦਾ ਵਚਨ ਪਹੁੰਚੇ ਉਹਨਾਂ ਲੋਕਾਂ ਤੱਕ ਪ੍ਰਭੂ ਦਾ ਵਚਨ ਪਹੁੰਚੇ ਜਿਨ੍ਹਾਂ ਲੋਕਾਂ ਤੱਕ ਹਾਲੇ ਤੱਕ ਪ੍ਰਭੂ ਦਾ ਵਚਨ ਗਿਆ ਨਹੀਂ ਇਸ ਪ੍ਰਭੂ ਦੇ ਵਚਨ ਨੂੰ ਉਹਨਾਂ ਬੋਲੀਆਂ ਦੇ ਵਿੱਚ ਟ੍ਰਾਂਸਲੇਟ ਕੀਤਾ ਜਾਵੇ ਜਿਨ੍ਹਾਂ ਬੋਲੀਆਂ ਦੇ ਵਿੱਚ ਇਹ ਹੋਇਆ ਨਹੀਂ ਐਸ ਸਾਲ 27 ਤਰੀਕ ਨੂੰ ਜੋ ਸੰਡੇ ਆ ਰਿਹਾ ਉਸ ਦੇ ਵਿੱਚ ਸਾਨੂੰ ਇੱਕ ਮੌਕਾ ਮਿਲੇਗਾ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਸਕੀਏ ਜਿੱਥੇ-ਜਿੱਥੇ ਸਾਡੀ ਚਰਚ ਕੰਮ ਕਰਦੀ ਹੈ ਇਹ ਚਰਚ ਜੋ ਸ਼ਹਿਰ ਦੇ ਇੱਕ ਖੁੰਜੇ ਚ ਬੈਠੀ ਹੂਆ ਇਹ ਕਿਹੜੇ ਕਿਹੜੇ ਲੋਕਾਂ ਦੇ ਵਿੱਚ ਕੰਮ ਕਰਦੀ ਆ ਸੋ ਆਪਣੀ ਉਸ ਦਿਨ ਬੜਾ ਇੱਥੇ ਗਹਿਮਾ ਗਹਿਮੀ ਹੋਏਗੀ ਕਿਉਂਕਿ ਸਾਡੇ ਸਾਰੇ ਮਿਸ਼ਨਰੀ ਵਾਪਸ ਆ ਰਹੇ ਆ ਜਿੱਥੇ ਜਿੱਥੇ ਵੀ ਮਿਸ਼ਨਰੀ ਸਾਡੇ ਗਏ ਹੋ ਆ ਉਹ ਸਾਰੇ ਵਾਪਸ ਆ ਰਹੇ ਆ ਔਰ ਇੱਥੇ ਸਾਰੀ ਚਰਚ ਦੇ ਵਿੱਚ ਉਹਨਾਂ ਦਾ ਇੱਥੇ ਲੱਗਾ ਹੋਏਗਾ ਕਿ ਅਸੀਂ ਦੇਖ ਸਕਾਂਗੇ ਔਰ ਖਾਣੇ ਦਾ ਪ੍ਰਬੰਧ ਹੋਏਗਾ ਔਰ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਪ੍ਰਬੰਧ ਹੋਏਗਾ ਸੋ ਜਿਹੜਾ 27 ਤਰੀਕਾ ਡੂ ਨਾਟ ਮਿਸ ਇਟ ਉਹ ਇੱਕ ਐਸਾ ਦਿਨ ਹੋਏਗਾ ਜਿਹੜਾ ਮਿਸ ਕਰਨ ਦੇ ਲਾਇਕ ਨਹੀਂ ਹੋਏਗਾ ਪਰ ਹਾਂ ਅਗਰ ਤੁਹਾਡੇ ਦਿਲ ਦੇ ਵਿੱਚ ਕੋਈ ਖਾਸ ਖਾਸ ਸ਼ੱਕ ਹੈ ਤੁਸੀਂ ਇਹ ਜਾਨਣਾ ਮੰਗਦੇ ਆ ਕਿ ਚਾਈਨਾ ਦੇ ਵਿੱਚ ਕੀ ਹੋ ਰਿਹਾ ਜਾਂ ਬਲੇਵੀਆ ਦੇ ਵਿੱਚ ਕੀ ਹੋ ਰਿਹਾ افریقا ਦੇ ਵਿੱਚ ਕੀ ਹੋ ਰਿਹਾ ਮੈਕਸੀਕੋ ਦੇ ਵਿੱਚ ਕਿਸ ਤਰ੍ਹਾਂ ਚਰਚ ਰੀਚ ਕਰਦੀ ਪਈ ਆ ਅਗਰ ਤੁਹਾਡੀ ਕੋਈ ਐਸੀ ਚਾਹਤ ਆ ਤੇ ਉਹਨਾਂ ਦੇ ਲਈ ਉਹਨਾਂ ਨੇ ਸਪੈਸ਼ਲ ਛੋਟੇ-ਛੋਟੇ ਸੈਮੀਨਾਰ ਬਣਾਏ ਆ ਜਿਨ੍ਹਾਂ ਦੇ ਟੇਬਲ ਸੈੱਟ ਕੀਤੇ ਗਏ ਜਾਣਗੇ ਔਰ ਅਗਰ ਤੁਸੀਂ ਉਹਨਾਂ ਟੇਬਲਸ ਦੇ ਉੱਤੇ ਬੈਠਣਾ ਮੰਗਦੇ ਆ ਔਰ ਜਾਣਣਾ ਮੰਗਦੇ ਆ ਤੇ ਉਹਨਾਂ ਦੇ ਲਈ ਉਹਨਾਂ ਨੇ ਟਿਕਟਸ ਰੱਖੀਆਂ ਕਿ ਤਾਂ ਕਿ ਕਿਤੇ ਹੰਗਾਮਾ ਵੀ ਨਾ ਪਵੇ ਇਹ ਨਹੀਂ ਕੋਈ ਟੇਬਲ ਦੇ ਆਲੇ-ਦੋਲੇ ਸਾਰੇ ਜਾਣੇ ਇਕੱਠੇ ਹੋ ਗਏ ਆ ਆ ਔਰ ਕੋਈ ਟੇਬਲ ਖਾਲੀ ਵੀ ਨਾ ਰਹੇ ਤਾਂ ਕਿ ਹਰੇਕ ਤਾਈ ਪਹੁੰਚੇ ਆ ਤੁਸੀਂ ਉਸ ਦੇ ਲਈ ਟਿਕਟ ਲੈ ਸਕਦੇ ਆ ਔਰ ਉਹਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਚਰਚ ਦੀ ਵੈਬਸਾਈਟ ਦੇ ਉੱਤੇੋਂ ਮਿਲ ਜਾਏਗੀ ਹਾਂ ਟਿਕਟ ਜਿਹੜੀ ਹਾਂ ਟਿਕਟ ਦੀ ਜਿਹੜੀ ਉਹਨਾਂ ਨੇ ਪ੍ਰਾਈਸ ਰੱਖੀ ਹੈਗੀ ਉਹ ਸਿਰਫ ਜਿਹੜਾ ਫੂਡ ਵਗੈਰਾ ਦੀ ਜਿਹੜੀ ਕਾਸਟ ਆ ਉਸ ਨੂੰ ਉਸ ਨੂੰ ਕਵਰ ਕਰਨ ਦੇ ਲਈ ਉਹਨਾਂ ਨੇ 5 ਡਾਲਰ ਦੀ ਟਿਕਟ ਰੱਖੀ ਆ ਸਾਡੇ ਇੱਥੇ ਆਈਸੀਸੀਐਫ ਦੇ ਵਿੱਚ ਵੀ ਟੇਬਲ ਲੱਗੇ ਹੋਣਗੇ ਉੱਪਰ ਵੀ ਟੇਬਲ ਲੱਗੇ ਹੋਣਗੇ ਔਰ ਇਸ ਗੋਇੰਗ ਟੂ ਬੀ ਅ ਵੰਡਰਫੁਲ ਵੰਡਰਫੁਲ ਵੀਕਐਂਡ ਉਸ ਨੂੰ ਮਿਸ ਨਾ ਕਰਿਓ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਚੀਜ਼ ਲਿਖੀ ਗਈ ਆ ਕਿ ਇਹ ਜਿਹੜਾ ਵਚਨ ਜਿਹੜੀ ਇਹ ਚੀਜ਼ ਦੇਖਣ ਦੇ ਲਾਇਕ ਹੋਏਗੀ ਕਿ ਇਹ ਵਚਨ ਸਾਰੀ ਦੁਨੀਆ ਦੇ ਲਈ ਆ ਸਾਰੀ ਦੁਨੀਆ ਦੇ ਲਈ ਆ ਇਹ ਨਹੀਂ ਕਿ ਜੇ ਤੁਹਾਨੂੰ ਹੀਬਰੂ ਤੇ ਗ੍ਰੀਕ ਨਹੀਂ ਆਉਂਦੀ ਤੇ ਤੁਸੀਂ ਮਸੀਹੀ ਨਹੀਂ ਹੋ ਸਕਦੇ ਨਾ ਇਹਦੀ ਕੋਈ ਜ਼ਰੂਰਤ ਨਹੀਂ ਹੀਬਰੂ ਗ੍ਰੀਕ ਦੀ ਕੋਈ ਜ਼ਰੂਰਤ ਨਹੀਂ ਹਾਂ ਖੁਦਾ ਆਪਣੇ ਬੰਦਿਆਂ ਨੂੰ ਸਿਖਾਉਂਦਾ ਤਾਂ ਕਿ ਉਹ ਇਸ ਬਚਨ ਨੂੰ ਪਿਓ ਰੱਖ ਸਕਣ ਸਾਡੇ ਲਈ ਜ਼ਰੂਰ ਸਿਖਾਉਂਦਾ ਇਹ ਬਚਨ ਸਾਡੇ ਲਈ ਪਵਿੱਤਰ ਰੱਖ ਸਕਣ ਇਸ ਨੂੰ ਪਿਓ ਰੱਖ ਸਕਣ ਇਹਦੇ ਵਿੱਚ ਕੋਈ ਵਾਧਾ ਘਾਟਾ ਨਾ ਕੀਤਾ ਜਾਏ ਤਾਂ ਕਿ ਉਹ ਕਹਿ ਸਕਣ ਕਿ ਭਾਈ ਆਹ ਜਿਹੜੀ ਟ੍ਰਾਂਸਲੇਸ਼ਨ ਹੈ ਗਲਤ ਹੈ ਇਹਨੂੰ ਠੀਕ ਕਰੋ ਹਾਂ ਪ੍ਰਭੂ ਇਹ ਬਖਸ਼ਦਾ ਲੇਕਿਨ ਉਹ ਜਾਣਣੀ ਕੋਈ ਜ਼ਰੂਰੀ ਨਹੀਂਗੀ ਇਹ ਨਹੀਂ ਕਿ ਜੇ ਤੁਹਾਨੂੰ ਹੀਬਰੂ ਜਾਂ ਗ੍ਰੀਕ ਨਹੀਂ ਆਉਂਦੀ ਤਾਂ ਤੁਸੀਂ ਤੁਸੀਂ ਪ੍ਰਭੂ ਦੇ ਲੋਕ ਹੀ ਨਹੀਂ ਹੋ ਸਕਦੇ ਜਾਂ ਤੁਸੀਂ ਨੰਬਰ 2 ਦੇ ਮਸੀਹੀਆਂ ਨਾ ਸਭ ਪ੍ਰਭੂ ਦੇ ਵਿੱਚ ਇੱਕ ਆ ਔਰ ਕਿਸ ਤਰ੍ਹਾਂ ਇਹ वचन ਹਰੇਕ ਜਿਸ ਤਰ੍ਹਾਂ ਪ੍ਰਭੂ ਨੇ ਕਿ ਆਸੀ ਦੁਨੀਆ ਦੇ ਅੰਤਾਂ ਤੱਕ ਜਾਏਗਾ ਇਹ ਦੁਨੀਆ ਦੇ ਅੰਤਾਂ ਤੱਕ ਇਹ ਆ ਵਚਨ। ਸੋ ਅਗਲੇ ਹਫਤੇ ਮੈਂ ਇਸ ਦੇ ਬਾਰੇ ਤੁਹਾਨੂੰ ਹੋਰ ਦੱਸੂਗਾ ਅਗਲੇ ਹਫਤੇ ਮੈਂ ਟਿਕਟਸ ਵੀ ਇੱਥੇ ਲੈ ਕੇ ਆਉਂਗਾ ਅਗਰ ਕੋਈ ਲੈਣਾ ਮੰਗੇਗਾ ਜਰੂਰ ਲੈ ਸਕਦੇ ਆ ਲੇਕਿਨ ਮਿਸ ਨਾ ਕਰਿਓ ਅਗਰ ਤੁਸੀਂ ਉਧਰ ਘੁੰਮ ਫਿਰ ਕੇ ਸਾਰਾ ਟੇਬਲ ਸਾਰੀਆਂ ਚੀਜ਼ਾਂ ਦੇਖਣੀਆਂ ਮੰਗਦੇ ਆ 댓 ਵਿਲ ਬੀ ਅ ਡਿਲਾਈਟ। ਇੱਕ ਤਰ੍ਹਾਂ ਦੀ ਬਰਕਤ ਹੋਏਗੀ ਸਾਡੇ ਸਾਰਿਆਂ ਦੇ ਲਈ। ਆਓ ਪ੍ਰਭੂ ਦੇ ਬਚਨ ਦੇ ਵਿੱਚ ਚੱਲੀਏ ਇਹ ਸ਼ੁਕਰਗੁਜ਼ਾਰੀ ਦਾ ਹਫ਼ਤਾ ਔਰ ਸ਼ੁਕਰਗੁਜ਼ਾਰੀ ਇੱਕ ਐਸੀ ਚੀਜ਼ ਆ ਜਿਹੜੀ ਸਾਨੂੰ ਦਿੱਤੀ ਗਈ ਆ ਤੁਹਾਡੇ ਵਿੱਚ ਕਿੰਨੇ ਜਾਣੇ ਟੈਬਰਾਨੈਕਲ ਦੇਖਣ ਗਏ ਆ ਆਲਮੋਸਟ ਸਾਰੇ ਜਾਣੇ ਤੁਹਾਡੇ ਚੋਂ ਸਾਰਿਆਂ ਨੇ ਟੈਬਰਾਨੈਕਲ ਦੇਖਿਆ ਟੈਬਰਾਨੈਕਲ ਦੀ ਜਿਹੜੀ ਮੇਨ ਚੀਜ਼ ਉਹਨਾਂ ਨੇ ਸਾਨੂੰ ਇੱਕੋ ਚੀਜ਼ ਜਿਹੜੀ ਦਿਖਾਈ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕੋ ਚੀਜ਼ ਦਿਖਾਉਂਦੇ ਚਲੇਗਾ ਏ ਕਿ ਬਲੀ ਬਲੀ ਪ੍ਰਭੂ ਦੀ ਬਲੀ ਪ੍ਰਭੂ ਦੇ ਨਾਮ ਦੇ ਵਿੱਚ ਜਿਹੜੀ ਬਲੀ ਦਿੱਤੀ ਜਾਂਦੀ ਸੀ ਔਰ ਉਹ ਬਲੀਆਂ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਕਿ ਵਚਨ ਦੇ ਵਿੱਚ 6 ਔਰ 7 ਤਰ੍ਹਾਂ ਦੀਆਂ ਬਲੀਆਂ ਦੱਸੀਆਂ ਗਈਆਂ ਪਾਪ ਦੀ ਬਲੀ ਉਸ ਤੋਂ ਬਾਅਦ ਉਹਨਾਂ ਪਾਪਾਂ ਦੀ ਬਲੀ ਜਿਨ੍ਹਾਂ ਨੂੰ ਅਸੀਂ ਜਿਹਨਾਂ ਜਿਹੜੇ ਅਸੀਂ ਬਿਨਾਂ ਸੋਚੇ ਸਮਝੇ ਕਰ ਜਾਂਦੇ ਆਂ ਜਿਹੜੇ ਸਾਨੂੰ ਪਤਾ ਵੀ ਨਹੀਂ ਫਿਰ ਉਸ ਤੋਂ ਬਾਅਦ ਸਮਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਲੇਕਿਨ ਅਜੀਬ ਚੀਜ਼ ਜਿਹੜੀ ਉਸ ਦੇ ਵਿੱਚ ਇਹ ਦੱਸੀ ਗਈ ਕਿ ਉਹ ਜਿਹੜੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਉਹ ਬਲੀਆਂ ਦਿੱਤੀਆਂ ਜਿਹੜੀ ਆਖਰੀ ਬਲੀ ਦਿੱਤੀ ਜਾਂਦੀ ਸੀ ਸ਼ਾਮ ਨੂੰ 3 ਵਜੇ ਦਿੱਤੀ ਜਾਂਦੀ ਸੀ ਲੇਕਿਨ ਜਿਸ ਲਈ ਉਹ ਸਾਨੂੰ ਵਚਨ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਚੀਜ਼ ਦਿਖਾਈ ਕਿ ਪ੍ਰਭੂ ਯਿਸੂ ਮਸੀਹ ਨੂੰ ਸਵੇਰੇ 9 ਵਜੇ ਸਲੀਬ ਤੇ ਦਿੱਤਾ ਗਿਆ ਔਰ 3 ਵਜੇ ਜਾ ਕੇ ਉਸਨੇ ਕਿਹਾ ਪੂਰਾ ਹੋਇਆ ਸੋ ਪਹਿਲੀ ਬਲੀ ਤੋਂ ਲੈ ਕੇ ਅਖੀਰਲੀ ਬਲੀ ਤੱਕ ਜਿੰਨੀਆਂ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸੀ ਉਸਨੇ ਉਹਨਾਂ ਸਾਰੀਆਂ ਬਲੀਆਂ ਨੂੰ ਸੰਪੂਰਨ ਕੀਤਾ ਸੋ ਅੱਜ ਸਾਡੇ ਕੋਲ ਹੋਰ ਕੋਈ ਬਲੀ ਦੇਣ ਨੂੰ ਹੈ ਨਹੀਂ ਸਿਵਾਏ ਧੰਨਵਾਦ ਦੀ ਬਲੀ ਦੇਣ ਤੋਂ ਅਸੀਂ ਪ੍ਰਭੂ ਦੀ ਹਜ਼ੂਰੀ ਚ ਕੋਈ ਬਲੀ ਲੈ ਕੇ ਹੁਣ ਆਉਨੇ ਆ ਔਰ ਉਹ ਹੈ ਧੰਨਵਾਦ ਦੀ ਬਲੀ ਸ਼ੁਕਰਗੁਜ਼ਾਰੀ ਦੀ ਬਲੀ ਕਿਉਂਕਿ ਇੱਕੋ ਹੀ ਬਲੀ ਉਸ ਬਲੀ ਦੇ ਨਾਲ ਸਭ ਕੁਝ ਸਵੀਕਾਰ ਹੋ ਗਿਆ ਪ੍ਰਭੂ ਦੀ ਸਭ ਕ੍ਰਿਤੀ ਹੋ ਗਈ ਕਿਉਂਕਿ ਪਰਦਾ ਉੱਪਰ ਤੋਂ ਲੈ ਕੇ ਥੱਲਿਓਂ ਫਟ ਗਿਆ ਉਹ ਬਲੀ ਸਵੀਕਾਰ ਹੋਈ ਪ੍ਰਭੂ ਮੁਰਦਿਆਂ ਦੇ ਵਿੱਚੋਂ ਜੀਂਦਾ ਹੋਇਆ ਉਸ ਦੇ ਨਾਲ ਬਲੀ ਸੰਪੂਰਨ ਹੋਈ ਸੋ ਜਿਹੜੀ ਹੁਣ ਅਸੀਂ ਬਲੀ ਦਿੰਨੇ ਆ ਪ੍ਰਭੂ ਦੀ ਹਜ਼ੂਰੀ 'ਚ ਇੱਕ ਬਲੀ ਆ ਸ਼ੁਕਰਗੁਜ਼ਾਰੀ ਦੀ ਬਲੀ ਮੈਂ ਤੁਹਾਨੂੰ ਵਚਨ ਦੇ ਇੱਕ ਹਿੱਸੇ ਦੇ ਵਿੱਚ ਲੈ ਕੇ ਜਾਊਂਗਾ ਉੱਥੇ ਅਸੀਂ ਇੱਕ ਸ਼ੁਕਰਗੁਜ਼ਾਰ ਦਿਲ ਨੂੰ ਦੇਖਾਂਗੇ ਜਿਸ ਦੇ ਨਾਲ ਸਾਡੇ ਮਨ ਦੇ ਵਿੱਚ ਇਹ ਚੀਜ਼ ਪੈਦਾ ਹੋਏਗੀ ਕਿ ਸਾਨੂੰ ਵੀ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦੇ ਰਹਿਣਾ ਚਾਹੀਦਾ ਔਰ ਪ੍ਰਭੂ ਦੀ ਸ਼ੁਕਰਗੁਜ਼ਾਰੀ ਦੇ ਵਿੱਚ ਉਸ ਦੇ ਉਸ ਦੇ ਵੱਡੇ ਨਾਮ ਨੂੰ ਉੱਚੇ ਕਰਦੇ ਰਹਿਣਾ ਚਾਹੀਦਾ ਜਿਸ ਲਈ ਅਸੀਂ ਯਹੂਨਾ ਦਾ 9ਵਾਂ ਪਾਪ ਜੌਨ ਚੈਪਟਰ 9 ਦੇ ਵਿੱਚ ਆਉਨੇ ਆ ਤੇ ਉੱਥੇ ਇੱਕ ਐਸੇ ਇਨਸਾਨ ਦੀ ਗੱਲ ਆਉਂਦੀ ਆ ਜੋ ਜਨਮ ਤੋਂ ਅੰਨਾ ਜੋ ਬਚਪਨ ਤੋਂ ਅੰਨਾ ਹੈ ਜਿਸ ਦਿਨ ਉਹ ਪੈਦਾ ਹੋਇਆ ਸੀ ਅੰਨਾ ਪੈਦਾ ਹੋਇਆ ਸੀ ਔਰ ਉਹ ਪੀਖ ਮੰਗਦਾ ਹੁੰਦਾ ਸੀ ਔਰ ਪ੍ਰਭੂ ਯੂਸੂ ਮਸੀਹ ਉਸੇ ਰਸਤੇ ਦੇ ਵਿੱਚ ਜਾ ਰਿਹਾ ਆ ਔਰ ਉਸ ਰਸਤੇ ਦੇ ਵਿੱਚ ਉਸ ਬਨੰਨੇ ਨੂੰ ਨਿਗਾਹ ਮਿਲੀ ਔਰ ਉਸ ਦੀਆਂ ਬਹੁਤ ਸਾਰੀਆਂ ਸ਼ੁਕਰਗੁਜ਼ਾਰੀਆਂ ਜਿਹੜੀਆਂ ਅਸੀਂ ਅੱਜ ਦੇਖਾਂਗੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੋਈਆਂ ਔਰ ਜਿਸ ਦੇ ਨਾਲ ਅਸੀਂ ਵੀ ਪ੍ਰਭੂ ਦਾ ਸ਼ੁਕਰ ਕਰ ਸਕਦੇ ਹਾਂ ਨੌਵਾਂ ਪਾ ਉਸ ਦੀ ਪਹਿਲੀ ਆਇਤ ਤੋਂ ਮੇਰੇ ਨਾਲ ਦੇਖੋ ਰਾਵਟ ਜਾਨਦਿਆਂ ਹੋਇਆ ਯਸੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨਾ ਸੀ। ਯਸੂ ਦੇ ਚੇਲਿਆਂ ਨੇ ਪੁੱਛਿਆ ਗੁਰੂ ਜੀ ਕਿਸ ਨੇ ਪਾਪ ਕੀਤਾ ਹੈ? ਇਹ ਆਦਮੀ ਅੰਨਾ ਪੈਦਾ ਹੋਇਆ। ਇਸਨੇ ਜਾਂ ਇਸਤੇ ਮਾਤਾ ਪਿਤਾ ਨੇ। ਦੇਖੋ ਸਭ ਤੋਂ ਪਹਿਲੀ ਜਿਹੜੀ ਚੀਜ਼ ਜਿਹੜੀ ਆਈ ਆ ਉਹ ਹੈ ਕਰਮਾਂ ਦੀ। ਕਰਮਾਂ ਦੀ ਇਹ ਕਿਹਦੇ ਕਰਮ ਦਾ ਨਤੀਜਾ ਇਹ ਅੰਨਾ ਪੈਦਾ ਹੋਇਆ ਇਹਦੇ ਮਾਪਿਓ ਨੇ ਪਾਪ ਕੀਤਾ ਤੇ ਪ੍ਰਭੂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਕਿ ਅੰਨਾ ਪੈਦਾ ਹੋਇਆ ਜਾਂ ਇਸ ਨੇ ਗੁਨਾਹ ਕੀਤੇ ਇਹਦੇ ਪਿਛਲੇ ਜਨਮ ਦੇ ਕੰਮ ਤੇ ਅੰਨਾ ਪੈਦਾ ਹੋਇਆ ਦੇਖੋ ਪ੍ਰਭੂ ਨੇ ਇਹ ਸਾਰੀ ਚੀਜ਼ ਨੂੰ ਕਿਸ ਤਰ੍ਹਾਂ ਤੋੜਿਆ ਇਸੇ ਕਰਕੇ ਅਸੀਂ ਕਰਮਾਂ ਦੀ ਜਿਹੜੀ ਥੀਓਲੋਜੀ ਹੈ ਉਸ ਨੂੰ ਨਹੀਂ ਮੰਨਦੇ ਜਿਹੜੇ ਕਰਮਾਂ ਦੇ ਵਿਚਾਰ ਕੀਤੇ ਜਾਂਦੇ ਆ ਨਾ ਕਿ ਜੀ ਇਸ ਦੇ ਮਾੜੇ ਕਰਮ ਇਸ ਤੇ ਚੰਗੇ ਕਰਮ ਇਹਨਾਂ ਦੇ ਵਿੱਚ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਾਡਾ ਪ੍ਰਭੂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਪ੍ਰਭੂ ਨੇ ਦੇਖੋ ਇਸ ਜੀ ਦਾ ਕਿਸ ਤਰ੍ਹਾਂ ਜਵਾਬ ਦਿੱਤਾ ਯਿਸੂ ਨੇ ਉੱਤਰ ਦਿੱਤਾ ਨਾ ਇਸਨੇ ਪਾਪ ਕੀਤਾ ਹੈ ਨਾ ਹੀ ਇਸ ਦੇ ਮਾਤਾ ਪਿਤਾ ਨੇ ਇਹ ਕੇਵਲ ਇਸ ਲਈ ਅੰਨਾ ਜਨਮਿਆ ਹੈ ਕਿ ਇਸਤੇ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ ਉਹਨਾਂ ਦੇ ਜਿਹੜੇ ਵਿਚਾਰ ਜਿਹੜੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਚੀਜ਼ਾਂ ਸੁਣੀਆਂ ਸੀ ਜਿਹੜੇ ਪ੍ਰਚਾਰ ਸੁਣੇ ਸੀ ਚੇਲਿਆਂ ਨੇ ਉਹ ਸਾਰਿਆਂ ਦੇ ਉੱਤੇ ਪਾਣੀ ਫਿਰ ਗਿਆ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਇਸ ਲਈ ਇਹ ਨਾ ਨਹੀਂ ਪੈਦਾ ਹੋਇਆ ਕਿ ਇੰਨੇ ਕੋਈ ਪਾਪ ਕੀਤਾ। ਇਸ ਲਈ ਵੀ ਇਹ ਨਾ ਨਹੀਂ ਪੈਦਾ ਹੋਇਆ ਕਿ ਇਸ ਦੇ ਜਿਹੜੇ ਮਾਤਾ ਪਿਤਾ ਨੇ ਕੋਈ ਪਾਪ ਕੀਤਾ ਹੈ। ਇਹ ਨਾ ਇਸ ਕਰਕੇ ਪੈਦਾ ਹੋਇਆ ਕਿ ਪ੍ਰਭੂ ਦੇ ਕੰਮ ਦਾ ਪ੍ਰਗਟਾਵਾ ਹੋਵੇ। ਇਸ ਚੀਜ਼ ਨੂੰ ਅਸੀਂ ਬਾਤ ਦੇ ਵਿੱਚ ਦੇਖਾਂਗੇ ਲੇਕਿਨ ਆਓ ਇਸ ਤੋਂ ਅੱਗੇ ਚੱਲੀਏ। ਜਿਸ ਨੇ ਮੈਨੂੰ ਕੱਲਿਆ ਹੈ ਸਾਨੂੰ ਉਸਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਦਿਨ ਹੈ ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਸੰਸਾਰ ਦੇ ਵਿੱਚ ਹਾਂ ਮੈਂ ਸੰਸਾਰ ਦਾ ਚਾਨਣ ਹਾਂ ਇਹ ਕਹਿ ਕੇ ਯਿਸੂ ਨੇ ਜ਼ਮੀਨ ਦੇ ਉੱਤੇ ਥੁੱਕਿਆ ਅਤੇ ਉਸ ਥੁੱਕ ਦੇ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਦੀਆਂ ਅੱਖਾਂ ਦੇ ਉੱਤੇ ਲਾ ਕੇ ਉਸ ਨੂੰ ਕਿਹਾ ਜਾ ਸਲੋਮ ਦੇ ਤਲਾ ਤੇ ਤੋਲਾ ਜਿਸ ਦਾ ਅਰਥ ਹੈ ਭੇਜਿਆ ਹੋਇਆ ਇਸ ਤਰ੍ਹਾਂ ਉਹ ਗਿਆ ਉਸਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਦੇਖਦਾ ਹੋਇਆ ਦੇਖਦਾ ਹੋਇਆ ਮੁੜ ਆਇਆ ਇਹ ਇਸ ਲਈ ਅੰਨਾ ਪਿਆਦਾ ਹੋਇਆ ਕਿ ਪਰਮੇਸ਼ਵਰ ਦੇ ਕੰਮ ਪਰਮੇਸ਼ਵਰ ਦੇ ਕੰਮ ਇਸ ਧਰਤੀ ਦੇ ਉੱਤੇ ਹੋਣ ਪਰਮੇਸ਼ਵਰ ਦੇ ਕੰਮਾਂ ਦਾ ਪ੍ਰਗਟਾਵਾ ਹੋ ਲੇਕਿਨ ਜਿਹੜੀ ਅੱਗੇ ਪ੍ਰਭੂ ਨੇ ਚੀਜ਼ ਕਹੀ ਹੈ ਉਹ ਇਹ ਚੀਜ਼ ਕਹੀ ਆ ਕਿ ਜਿਸ ਨੇ ਮੈਨੂੰ ਕੱਲਿਆ ਹੈ ਸਾਨੂੰ ਉਸ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਹਿਣ ਦਾ ਕੀ ਮਤਲਬ ਇਸ ਧਰਤੀ ਦੇ ਉੱਤੇ ਅੰਨੇ ਹੋਣਗੇ ਇਸ ਧਰਤੀ ਦੇ ਉੱਤੇ ਬੋਲੇ ਪੈਦਾ ਹੋਣਗੇ ਇਸ ਧਰਤੀ ਦੇ ਵਿੱਚ ਕੈਂਸਰ ਵਾਲੇ ਪੈਦਾ ਹੋਣਗੇ ਇਸ ਧਰਤੀ ਤੇ ਭੁੱਖੇ ਹੋਣਗੇ ਇਸ ਧਰਤੀ ਤੇ ਉਹ ਲੋਕ ਹੋਣਗੇ ਜਿਨ੍ਹਾਂ ਦੀਆਂ ਜਿਸ ਤਰ੍ਹਾਂ ਸਾਡੇ ਭਰਾ ਦੀਆਂ ਲੱਤਾਂ ਕਮਜ਼ੋਰ ਆ ਇਹ ਲੋਕ ਹੋਣਗੇ ਪਰ ਪ੍ਰਭੂ ਨੇ ਸਾਨੂੰ ਇਸ ਲਈ ਕੱਲਿਆ ਕਿ ਅਸੀਂ ਪਰਮੇਸ਼ਵਰ ਦੇ ਕੰਮ ਕਰਦੇ ਰਹੀਏ ਅਸੀਂ ਪਰਮੇਸ਼ਵਰ ਦੇ ਕੰਮ ਕਰਦੇ ਰਹੀਏ ਕਿਉਂਕਿ ਅਗਰ ਇਹ ਨਹੀਂ ਹੋਣਗੇ ਅਗਰ ਇਸ ਤਰ੍ਹਾਂ ਨਹੀਂ ਹੋਏਗਾ ਤੇ ਅਸੀਂ ਕਿਸ ਤਰ੍ਹਾਂ ਪਰਮੇਸ਼ਵਰ ਦੇ ਕੰਮ ਕਿਸ ਤਰ੍ਹਾਂ ਅਸੀਂ ਕਵਾਂਗੇ ਕਿ ਅਸੀਂ ਪਰਮੇਸ਼ਵਰ ਦੇ ਇਕੱਲੇ ਹੋਏ ਲੋਕਾਂ ਕਿਹਨਾਂ ਦੇ ਵਿੱਚ ਜਾ ਕੇ ਕੰਮ ਕਰਾਂਗੇ ਇਹ ਪਰਮੇਸ਼ਰ ਨੇ ਸਾਡੇ ਲਈ ਰੱਖਿਆ ਸੋ ਪਹਿਲੀ ਸ਼ੁਕਰਗੁਜ਼ਾਰੀ ਜਿਹੜੀ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਿਹਾ ਕਿ ਉਹ ਕੰਮ ਕਰਦੇ ਰਹੋ ਜਿਸ ਦੇ ਲਈ ਸਾਨੂੰ ਪਰਮੇਸ਼ਰ ਨੇ ਤਿਆਰ ਕੀਤਾ ਔਰ ਕੱਲਿਆ ਜਿਹੜੀ ਪਹਿਲੀ ਸ਼ੁਕਰਗੁਜ਼ਾਰੀ ਉਹ ਹੈ ਪਰਮੇਸ਼ਵਰ ਦੇ ਕੰਮ ਜਿਹੜੇ ਅਸੀਂ ਆਪਣੇ ਹੱਥਾਂ ਦੇ ਨਾਲ ਕਰਦੇ ਆਂ ਜਿਹੜੇ ਅਸੀਂ ਜਿਹੜੇ ਅਸੀਂ ਆਪਣੀ ਜੇਬ ਨਾਲ ਕਰਦੇ ਆਂ ਜਿਹੜੇ ਅਸੀਂ ਆਪਣੀਆਂ ਗੱਡੀਆਂ ਦੇ ਨਾਲ ਕਰਦੇ ਆਂ ਆਪਣੀਆਂ ਕਾਰਾਂ ਦੇ ਨਾਲ ਕਰਦੇ ਆਂ ਉਹ ਕਰਦੇ ਰੋ ਉਹ ਕਰਦੇ ਰੋ ਔਰ ਇੱਕ ਬੜੀ ਅਜੀਬ ਚੀਜ਼ ਇੱਥੇ ਹੈ ਪ੍ਰਭੂ ਯਿਸੂ ਮਸੀਹ ਉਸ ਦੀਆਂ ਅੱਖਾਂ ਤੇ ਹੱਥ ਰੱਖ ਕੇ ਉਹਨੂੰ ਕਹਿ ਸਕਦੇ ਸੀ ਖੁੱਲ ਜਾਣ ਖੋਲ ਚੜਦੀਆਂ ਸੀਗੀਆਂ ਪ੍ਰਭੂ ਨੇ ਕਈਆਂ ਦੀਆਂ ਅੱਖਾਂ ਖੋਲੀਆਂ ਵਚਨ ਦੇ ਵਿੱਚ ਇਕਨਾਂ ਆਇਆ ਉਹ ਕਹਿੰਦਾ ਮੈਂ ਦੇਖਣਾ ਮੰਗਦਾ ਕਹਿੰਦਾ ਫਿਰ ਤੂੰ ਦੇਖ ਉਹ ਦੇਖਣ ਲੱਗ ਪਿਆ ਲੇਕਿਨ ਇੱਥੇ ਪ੍ਰਭੂ ਨੇ ਇੱਕ ਖਾਸ ਕੰਮ ਕੀਤਾ ਇਹ ਬੜੀ ਅਜੀਬ ਚੀਜ਼ ਆ ਇਹ ਹਿੱਸਾ ਬੜਾ ਅਜੀਬ ਆ ਇਸ ਤਰ੍ਹਾਂ ਤੁਸੀਂ ਅਗਰ ਮੈਂ ਤੁਹਾਨੂੰ ਸਾਰਿਆਂ ਨੂੰ ਸਾਰਾ ਸਾਲ ਮੌਕਾ ਦਵਾਂ ਇਹ ਚ ਸਾਰਾ ਸਾਲ ਅਸੀਂ ਇਹ ਚ ਲੱਭਦੇ ਰਹੀਏ ਇਹ ਚ ਸਾਰਾ ਸਾਲ ਅਸੀਂ ਲੱਭ ਸਕਦੇ ਹਾਂ ਇੱਕ ਬੜੀ ਅਜੀਬ ਚੀਜ਼ ਹੈ ਕਿ ਪ੍ਰਭੂ ਨੇ ਮਿੱਟੀ ਦੇ ਵਿੱਚ ਥੁੱਕਿਆ ਆ ਔਰ ਉੱਥੋਂ ਮਿੱਟੀ ਚੁੱਕੀ ਆ ਔਰ ਮਿੱਟੀ ਦਾ ਲੇਪ ਬਣਾ ਕੇ ਉਸ ਦੀਆਂ ਅੱਖਾਂ ਤੇ ਲਾਇਆ ਔਰ ਗਿਆ ਕਿ ਜਾ ਇਹਨਾਂ ਨੂੰ ਤੋਲ ਜਾ ਇਹਨਾਂ ਨੂੰ ਤੋਲ ਉਸ ਮਿੱਟੀ ਦੇ ਵਿੱਚ ਕੀ ਸੀਗਾ ਕਿਹੜੀ ਕਾਸਟ ਸੀ ਜਿਹੜੀਆਂ ਸਾਡੀਆਂ ਅੱਖਾਂ ਅਦਨ ਦੇ ਬਾਗ ਤੋਂ ਬਾਅਦ ਦੇਖਣਾ ਬੰਦ ਹੋ ਗਈਆਂ ਇਸ ਮਿੱਟੀ 'ਚ ਹੀ ਸਾਰਾ ਖੋਜਾ ਸਾਡੇ ਸਰੀਰ ਦੇ ਲਈ ਜਿਹੜੀ ਵੀ ਤੁਸੀਂ ਸਾਡੇ ਵਿੱਚ ਕੋਈ ਇੱਥੇ ਐਸਾ ਬੰਦਾ ਬੈਠਾ ਹੋਊਗਾ ਜਿਹੜਾ ਦਵਾਈ ਖਾ ਕੇ ਨਹੀਂ ਆਇਆ ਆਈ ਡਿਡ ਮੈਂ ਸਵੇਰੇ ਖਾ ਕੇ ਆਇਆ ਕੋਈ ਇੱਥੇ ਬੈਠਾ ਹੋ ਜਿਹੜਾ ਸਵੇਰੇ ਦਵਾਈ ਨਹੀਂ ਖਾ ਕੇ ਆਇਆ ਠੀਕ ਆ ਕਈ ਕਈ ਤਾਂ ਬੈਠੇ ਦਵਾਈ ਦੇ ਉੱਤੇ ਆ ਐਨੀ ਖਾ ਕੇ ਹਾਏ ਇਸ ਮਿੱਟੀ ਜੋ ਨਿਕਲੀ ਨਾ ਸਾਰੀ ਦਵਾਈ ਮੇਰੀ ਅੱਖਾਂ ਨਹੀਂ ਦੇਖਦੀਆਂ ਪਰ ਪ੍ਰਭੂ ਦੀਆਂ ਅੱਖਾਂ ਦੇਖਦੀਆਂ ਸੀ ਵੀ ਇਸ ਮਿੱਟੀ ਚ ਕੀ ਆ ਫਿਰ ਉਹ ਤਾਂ ਪ੍ਰਭੂ ਕਦੀ ਰਿਜਿਡ ਨਾ ਹੋਵੋ ਸਾਡੇ ਵਿੱਚ ਬਹੁਤ ਸਾਰੇ ਐਸੇ ਭੈਣ ਭਰਾ ਆ ਚੁੱਕੇ ਆ ਜਿਹੜੇ ਸਾਨੂੰ ਇਹ ਕਹਿ ਰਹੇ ਕਿ ਨਾ 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 ਵਿਸ਼ਵਾਸ ਹੀ ਕਾਫੀ ਆ ਦਵਾਈ ਮਤ ਖਾਓ ਇਸ ਮਿੱਟੀ ਤੋਂ ਇਹਨੇ ਡਾਕਟਰ ਬਣਾਇਓ ਜਿਹੜੇ ਡਾਕਟਰ ਬਣਾਇਓ ਨਾ ਜਿਹੜੀ ਮਿੱਟੀ ਲਈ ਆ ਤੇ ਉਸਨੇ ਇਸੇ ਕਰਕੇ ਲਈ ਕਿ ਮਿੱਟੀ ਤੋਂ ਹੀ ਉਹਨੇ ਡਾਕਟਰ ਪੈਦਾ ਕੀਤੇ ਉਹ ਵੀ ਮਿੱਟੀ ਦੇ ਪਤਲੇ ਆ ਸਾਰੇ ਕੁਛ ਉਹਨੇ ਮਿੱਟੀ ਲਈ ਕੁਛ ਉੱਪਰ ਲਈ ਲਈ ਦੋਨਾਂ ਨੂੰ ਇਕੱਠੇ ਕੀਤਾ ਆਪਣਾ ਕੰਮ ਕੀਤਾ ਉਹ ਉਹ ਦੇਖਦਾ ਹੋਇਆ ਮੁੜਿਆ ਪ੍ਰਭੂ ਦੀ ਜਿਹੜੀ ਸ਼ੁਕਰਗੁਜ਼ਾਰੀ ਦੂਸਰੀ ਆ ਕਦੀ ਪ੍ਰਭੂ ਨੂੰ टेस्ट ना करो प्रभु नु टेस्ट करो डोंट टेस्ट हिम बट टेस्ट हिम प्रभु दे वचन च कदी नहीं लिखा गया कि प्रभु नु टेस्ट करो तो कहें टेस्ट एंड सी दैट आई एम गुड मैनू चख के देख मैं भला सा भैन बलबीर दी बेस्ट आया था मैं हाले तेता टेस्ट एंड सी गॉड इज गुड ਕਿਤੇ ਨਹੀਂ ਲਿਖਿਆ ਟੈਸਟ ਐਂਡ ਸੀ ਟੈਸਟ ਦੇ ਲਈ ਉਹਨਾਂ ਨੂੰ ਕਿਹਾ ਜਿਹੜੇ ਬਿਲਕੁਲ ਪ੍ਰਭੂ ਤੋਂ ਪ੍ਰਭੂ ਤੋਂ ਬਿਲਕੁਲ ਪਰਾਂ ਹੋ ਚੁੱਕੇ ਉਹਨਾਂ ਨੂੰ ਕਿਹਾ ਮੈਨੂੰ ਟੈਸਟ ਕਰਕੇ ਦੇਖ ਪਰ ਉਹਨਾਂ ਨੂੰ ਮਿਲਿਆ ਕਦੀ ਕੁਝ ਨਹੀਂ ਅਗਰ ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹਦੇ ਉਹਨਾਂ ਨੂੰ ਕੱਖ ਨਹੀਂ ਮਿਲਿਆ ਟੈਸਟ ਐਂਡ ਸੀ ਜਿਹੜੀ ਦੂਸਰੀ ਸ਼ੁਕਰਗੁਜ਼ਾਰੀ ਆ ਪਹਿਲੀ ਸ਼ੁਕਰਗੁਜ਼ਾਰੀ ਕਿ ਪ੍ਰਭੂ ਦੇ ਕੰਮ ਕਰਦੇ ਰਹੋ ਜਿੱਥੇ ਮੌਕਾ ਦਿਸਦਾ ਪ੍ਰਭੂ ਦਾ ਕੰਮ ਕਰੋ ਜਿੱਥੇ ਤੁਹਾਨੂੰ ਕੋਈ ਐਸੀ ਚੀਜ਼ ਦਿਖਦੀ ਹੈ ਕਿ ਮੈਨੂੰ ਇੱਥੇ ਪ੍ਰਭੂ ਕਹਿ ਰਿਹਾ ਮੈਨੂੰ ਦਿਖਾ ਰਿਹਾ ਡੂ ਇਟ ਦੂਸਰੀ ਚੀਜ਼ ਜਿਹੜੀ ਹੈ ਪ੍ਰਭੂ ਦੇ ਬਚਨ ਦੇ ਵਿੱਚ ਅਸੀਂ ਇਹ ਦੇਖਦੇ ਪਏ ਆ ਪ੍ਰਭੂ ਨੂੰ ਕਦੀ ਟੈਸਟ ਨਾ ਕਰੋ ਟੈਸਟ ਕਰੋ ਅੱਗੇ ਜਿਸ ਲਈ ਅਸੀਂ ਵਚਨ ਦੇ ਵਿੱਚ ਦੇਖਦੇ ਆਂ ਕਹਿੰਦਾ ਫਿਰ ਉਸ ਦੇ ਗਵਾਂਢੀ ਅਤੇ ਉਹ ਲੋਕ ਜਿਨ੍ਹਾਂ ਨੇ ਉਸ ਨੂੰ ਪਹਿਲੇ ਭੀਖ ਮੰਗਦੇ ਦੇਖਿਆ ਸੀ ਕਿਆ ਕਿ ਇਹ ਉਹ ਆਦਮੀ ਨਹੀਂ ਹੈ ਜੋ ਬੈਠਾ ਭੀਖ ਮੰਗਿਆ ਕਰਦਾ ਸੀ ਕੁਝ ਨੇ ਕਿਹਾ ਇਹ ਉਹੀ ਹੈ ਪਰ ਕੁਝ ਹੋਰ ਨੇ ਆਖਿਆ ਨਹੀਂ ਇਹ ਉਸ ਦੇ ਵਰਗਾ ਹੈ ਉਸ ਆਦਮੀ ਨੇ ਆਪ ਕਿਹਾ ਮੈਂ ਉਹੀ ਹਾਂ ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲੀਆਂ ਉਸ ਆਦਮੀ ਨੇ ਉੱਤਰ ਦਿੱਤਾ ਕਿ ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਦੇ ਉੱਤੇ ਲਾਇਆ ਅਤੇ ਮੈਨੂੰ ਕਿਹਾ ਸ਼ਲੋਮ ਜਾ ਕੇ ਤੋਲਾ ਇਸ ਲਈ ਮੈਂ ਗਿਆ ਜਿਸ ਕੜੀ ਹੀ ਮੈਂ ਤੋਆ ਮੈਂ ਉਸ ਕੜੀ ਦੇਖਣ ਲੱਗ ਪਿਆ ਉਹਨਾਂ ਨੇ ਉਸ ਤੋਂ ਪੁੱਛਿਆ ਉਹ ਕਿੱਥੇ ਹੈ ਉਸਨੇ ਉੱਤਰ ਦਿੱਤਾ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਤੁਸੀਂ ਦੇਖਿਆ ਜਿਹੜੀ 30 ਤੀਸਰੀ ਚੀਜ਼ ਆ ਉਹ ਹੈ ਟੈਸਟਮਨੀ ਟੈਸਟਮਨੀ ਜਿਹੜੀ ਪ੍ਰਭੂ ਦੀ ਅਸੀਂ ਦਿੰਨੇ ਆ ਉਹ ਸਾਡੇ ਸ਼ੁਕਰਗੁਜ਼ਾਰੀ ਆ ਤੂੰ ਕਿਵੇਂ ਦੇਖਦਾ ਪਿਆ ਤੂੰ ਕਿੱਦਾਂ ਦੇਖਦਾ ਪਿਆ ਕੁਝ ਲੋਕ ਕਰਦੇ ਕਹਿੰਦੇ ਕਿ ਨਹੀਂ ਇਹ ਪਹਿਲਾਂ ਹੀ ਇਹ ਪਹਿਲਾਂ ਹੀ ਠੀਕ ਸੀਗਾ ਨਹੀਂ ਇਹ ਉਹਦੇ ਵਰਗਾ ਆ ਇਹ ਉਹ ਨਹੀਂਗਾ ਪਰ ਕੋਈ ਕਹਿੰਦੇ ਨਹੀਂ ਇਹ ਉਹ ਹੀ ਆ ਉਹ ਇਨਸਾਨ ਕਹਿ ਰਿਹਾ ਨਾ 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 ਮੈਂ ਉਹ ਹੀ ਆ ਮੈਂ ਉਹ ਹੀ ਆ ਯੈਸੂ ਨੇ ਮੇਰੀਆਂ ਅੱਖਾਂ ਖੋਲੀਆਂ ਯੈਸੂ ਨੇ ਮੇਰੀਆਂ ਅੱਖਾਂ ਖੋਲੀਆਂ ਉਸਨੇ ਮਿੱਟੀ ਦਾ ਲੇਪ ਬਣਾਇਆ ਮੇਰੀਆਂ ਅੱਖਾਂ ਤੇ ਲਾਇਆ ਉਸਨੇ ਕਿਹਾ ਜਾ ਇਹਨਾਂ ਨੂੰ ਤੋਲਾ ਮੈਂ ਤੋਤਾ ਮੈਂ ਦੇਖਦਾ ਹੋਇਆ ਵਾਪਸ ਮੁੜ ਆਇਆ ਮੈਂ ਉਹੀ ਹਾਂ ਸ਼ੁਕਰਗੁਜ਼ਾਰੀ ਜਿਹੜੀ ਪ੍ਰਭੂ ਦੀ ਉਹ ਹੈ ਟੈਸਟਮਨੀ ਆਲਵੇਜ਼ ਟੈਸਟੀਫਾਈ ਹਮੇਸ਼ਾ ਦੱਸੋ ਕਿ ਪ੍ਰਭੂ ਨੇ ਤੁਹਾਡੇ ਲਈ ਕੀ ਕੀਤਾ ਪਰਬੂ ਨੇ ਤੁਹਾਡੇ ਲਈ ਕੀ ਕੀਤਾ ਤੁਹਾਨੂੰ ਪ੍ਰਭੂ ਨੇ ਕਿਸ ਜਗਾ ਤੋਂ ਚੁੱਕਿਆ ਲੇਕਿਨ ਅੱਗੇ ਅਸੀਂ ਦੇਖਦੇ ਹਾਂ ਕਿ ਇਹ ਆਮ ਲੋਕਾਂ ਦੇ ਵਿੱਚ ਉਹ ਪ੍ਰਭੂ ਦੀ ਗਵਾਹੀ ਦਿੰਦਾ ਪਿਆ ਜਿਹੜੀ ਸੌਖੀ ਆ ਲੇਕਿਨ ਅੱਗੇ ਜਾ ਕੇ ਦੇਖੋ ਫਿਰ ਉਹੇ ਲੋਕੀ ਉਸ ਆਦਮੀ ਨੂੰ ਜੋ ਪਹਿਲਾਂ ਅੰਨ੍ਹਾ ਸੀ ਫਰੀਸੀਆਂ ਦੇ ਕੋਲ ਲੈ ਗਏ ਜਿਸ ਦਿਨ ਯੇਸ਼ੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲੀਆਂ ਸਨ ਸਬਤ ਦਾ ਦਿਨ ਸੀ ਇਸ ਲਈ ਫਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ ਉਹ ਸੁਜਾਖਾ ਕਿਸ ਤਰ੍ਹਾਂ ਹੋਇਆ ਉਸ ਆਦਮੀ ਨੇ ਉੱਤਰ ਦਿੱਤਾ ਉਸਨੇ ਮੇਰੀਆਂ ਅੱਖਾਂ ਦੇ ਉੱਤੇ ਮਿੱਟੀ ਦਾ ਲੇਪ ਲਾਇਆ ਜਿਸ ਨੂੰ ਮੈਂ ਧੋਇਆ ਅਤੇ ਹੁਣ ਦੇਖ ਰਿਹਾ ਹਾਂ ਇਸ ਉੱਤੇ ਕੁਝ ਫਰੀਸੀ ਬੋਲੇ ਇਹ ਆਦਮੀ ਪਰਮੇਸ਼ਵਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ ਹੈ ਪਰ ਕੁਝ ਬੋਲੇ ਇਹੋ ਜਿਹਾ ਚਿੰਨ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ ਇਸ ਤਰ੍ਹਾਂ ਉਹਨਾਂ ਦੇ ਵਿੱਚ ਫੁੱਟ ਪੈ ਗਈ ਕਿਸ ਤਰ੍ਹਾਂ ਉਹਨਾਂ 'ਚ ਫੁੱਟ ਪਈ ਪਹਿਲਾਂ ਉਹ ਸਾਰੇ ਦੇ ਸਾਰੇ ਧਰਮੀ ਗੱਠ ਜੋੜ ਬਣਾ ਕੇ ਬੈਠੇ ਹੋ ਸੀਗੇ ਲੇਕਿਨ ਤੁਸੀਂ ਇੱਕ ਚੀਜ਼ ਦੇਖੋ ਕਿ ਪਰਮੇਸ਼ਵਰ ਦੇ ਇੱਕ ਕੰਮ ਨੇ ਇੱਕ ਗਵਾਹੀ ਨੇ ਉਹਨਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿਉਂ ਇੱਕ ਬੰਦੇ ਦੀ ਸ਼ੁਕਰਗੁਜ਼ਾਰੀ ਇਸ ਬੰਦੀ ਦੀ ਬਸ ਇਹੋ ਹੀ ਸ਼ੁਕਰਗੁਜ਼ਾਰੀ ਆ ਜਿੱਦਾਂ ਜਿੱਦਾਂ ਅਸੀਂ ਦੇਖਦੇ ਜਾਵਾਂਗੇ ਇਹਦੀ ਇਹੋ ਹੀ ਇੱਕ ਸ਼ੁਕਰਗੁਜ਼ਾਰੀ ਆ ਇਹਦੀ ਇਹੋ ਹੀ ਇੱਕ ਟੈਸਟਮਨੀ ਆ ਹੋਰ ਕੁਝ ਨਹੀਂ ਇਹਨੂੰ ਜਿੱਥੇ ਵੀ ਲਿਜਾ ਕੇ ਉਹਨਾਂ ਨੇ ਖੜਾ ਕਰਨਾ ਇਹਨੇ ਇਹੋ ਹੀ ਸ਼ੁਕਰਗੁਜ਼ਾਰੀ ਕਰਨੀ ਆ ਇਹਨੇ ਇਹੋ ਹੀ ਟੈਸਟਮਨੀ ਆਪਣੀ ਦੇਣੀ ਆ ਇਹਨੂੰ ਇਹ ਫਿਕਰ ਨਹੀਂ ਮੈਂ ਆਮ ਲੋਕਾਂ 'ਚ ਖੜਾ ਇਹਨੂੰ ਇਹ ਫਿਕਰ ਨਹੀਂ ਮੈਂ ਅਫਰੀਕੀਆਂ ਦੇ ਵਿੱਚ ਖੜਾ ਇਹਨੂੰ ਇਹ ਫਿਕਰ ਨਹੀਂ ਕਿ ਮੈਂ ਆਪਣੇ ਨੇਤਾਵਾਂ 'ਚ ਖੜਾ ਦੇਖੋ ਵਚਨ ਦਾ ਅੱਗੇ ਕਹਿੰਦਾ ਇਸ ਲਈ ਫਰੀਸੀਆਂ ਨੇ ਇੱਕ ਵਾਰ ਫੇਰ ਆਦ ਉਸ ਆਦਮੀ ਨੂੰ ਜੋ ਅੰਨਾ ਸੀ ਪੁੱਛਿਆ ਤੂੰ ਉਸ ਬਾਰੇ ਕੀ ਕਹਿੰਦਾ ਹੈ ਤੇਰੀਆਂ ਅੱਖਾਂ ਉਸਨੇ ਖੋਲੀਆਂ ਹਨ ਉਸਨੇ ਦੇਖੋ ਉਸਨੇ ਉੱਤਰ ਦਿੱਤਾ ਉਹ ਇੱਕ ਨਬੀ ਹੈ ਉਹ ਇੱਕ ਨਬੀ ਹੈ ਵਿਸ਼ਵਾਸ ਦੀਆਂ ਸਟੈਪਸ ਹੁੰਦੇ ਆ ਵਿਸ਼ਵਾਸ ਦੇ ਹਮੇਸ਼ਾ ਸਟੈਪਸ ਹੁੰਦੇ ਆ ਤਾਨੂੰ ਪਤਾ ਜਦੋਂ ਅਸੀਂ ਪ੍ਰਭੂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਅਸੀਂ ਪ੍ਰਭੂ ਯਿਸੂ ਦੇ ਕੋਲ ਆਏ ਹਾਂ ਜਿਸ ਵੇਲੇ ਸਾਨੂੰ ਪ੍ਰਭੂ ਯਿਸੂ ਦੇ ਬਾਰੇ ਕਿਸੇ ਨੇ ਦੱਸਿਆ ਭਾਵੇਂ ਅਸੀਂ ਅਗਰ ਆਪਣੇ ਉਹਨਾਂ ਦਿਨਾਂ ਨੂੰ ਵਾਪਸ ਲਿਜਾ ਕੇ ਦੇਖੋ ਔਰ ਹੁਣ ਤਾਂ ਸਾਡੇ ਵਿੱਚੋਂ ਕਈਆਂ ਨੂੰ ਚਿਤਚਿਤਾ ਵੀ ਨਹੀਂਗਾ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦਿਨ ਬਾ ਦਿਨ ਅੱਗੇ ਵਧਦੇ ਪਾਏ ਹਾਂ ਪ੍ਰਭੂ ਦੇ ਜਦ ਦੇ ਵਚਨ ਦੇ ਵਿੱਚ ਦਿਨ ਬਾ ਦਿਨ ਮਜ਼ਬੂਤ ਹੁੰਨੇ ਪਾਏ ਹਾਂ ਸਾਨੂੰ ਉਹ ਪ੍ਰਾਣੀਆਂ ਚੀਜ਼ਾਂ ਚੇਤੇ ਨਹੀਂ ਸਾਨੂੰ ਜਿਸ ਤਰ੍ਹਾਂ ਕਿ ਅਗਰ ਸਾਡੇ ਵਿੱਚੋਂ ਕਈ ਜਿਹੜੇ ਵੱਡੇ ਹੋ ਚੁੱਕੇ ਬਜ਼ੁਰਗ ਹੋ ਚੁੱਕੇ ਆ ਮੇਰੇ ਵਰਗਿਆਂ ਨੂੰ ਤਾਂ ਕੱਲ ਦਾ ਨਹੀਂ ਚੇਤਾ ਕੱਲ ਕੀ ਹੋਇਆ ਲੇਕਿਨ ਆ ਸਾਨੂੰ ਅਗਰ ਪੁੱਛਿਆ ਜਾਵੇ ਕਿ ਤੁਹਾਨੂੰ ਆਪਣੇ ਡਾਈਪਰ ਦੇ ਦਿਨ ਚੇਤੇ ਆ ਸਾਨੂੰ ਨਹੀਂ ਚੇਤੇ ਸਾਨੂੰ ਕੁਝ ਨਹੀਂ ਚੇਤਾ ਪੁਰਾਣੇ ਦਿਨ ਸੀ ਇਸ ਤਰ੍ਹਾਂ ਅਗਰ ਅਸੀਂ ਆਪਣੇ ਵਿਸ਼ਵਾਸ ਦੇ ਉਹਨਾਂ ਡਾਈਪਰ ਦੇ ਦਿਨਾਂ ਨੂੰ ਚੇਤੇ ਕਰੀਏ ਤੇ ਸਾਨੂੰ ਕੋਈ ਜਦੋਂ ਪਹਿਲੀ ਵਾਰੀ ਸਾਡੇ ਕੋਲ ਕੋਈ ਪ੍ਰਭੂ ਯਿਸੂ ਦਾ ਵਚਨ ਲੈ ਕੇ ਆਇਆ ਤੇ ਅਸੀਂ ਇਹ ਕਹਿੰਦੇ ਸੀ ਕਿ ਜਿੱਦਾਂ ਬਾਕੀ ਗੁਰੂ ਆ ਜਿਸ ਤਰ੍ਹਾਂ ਬਾਕੀ ਦੇ ਪ੍ਰੋਫਟ ਆ ਜਿੱਦਾਂ ਦੇ ਬਾਕੀ ਦੇ ਨਬੀ ਆ ਉਦਾਂ ਦਾ ਇੱਕ ਯਿਸੂ ਆ ਠੀਕ ਹੈ ਨਾ ਇਹ ਕਹਿੰਦੇ ਸੀ ਨਾ ਸੋ ਜਿੱਦਾਂ ਦੇ ਬਾਕੀ ਨਾ ਵੀ ਹੋਇਆ ਉਦਾਂ ਦਾ ਇਹ ਹੋਇਆ ਜਿੱਦਾਂ ਦੇ ਬਾਕੀ ਗੁਰੂ ਹੋਇਆ ਉਦਾਂ ਦਾ ਗੁਰੂ ਇਹ ਆ ਇਹ ਸਾਡੇ ਗੁਰੂ ਆ ਆਇਆ ਇਹ ਜਿਹੜੇ ਮਸੀਹੀ ਮਤ ਨੂੰ ਮੰਨਦੇ ਆ ਉਹਨਾਂ ਦਾ ਜਿਹੜਾ ਗੁਰੂ ਆ ਉਹ ਯਿਸੂ ਮਸੀਹ ਆ। ਇੱਥੇ ਤੱਕ ਸਾਡਾ ਵਿਸ਼ਵਾਸ ਸੀ। ਇਸ ਬੰਦੇ ਦੇ ਅਸੀਂ ਵਿਸ਼ਵਾਸ ਦੇ ਗਾਂ ਸਟੈਪ ਦੇਖਦੇ ਪਾਏ ਆ। ਕੋਈ ਮੱਕਾਰੀ ਨਹੀਂ ਇਹਦੇ ਦਿਲ 'ਚ। ਇਸ ਨੂੰ ਹਾਲੇ ਤੱਕ ਇੰਨਾ ਹੀ ਪਤਾ। ਕਿ ਉਹ ਇੱਕ ਨਬੀ ਆ। ਉਹ ਇੱਕ ਨਬੀ ਆ। ਤੁਸੀਂ ਉਸ ਨੂੰ ਪਾਪੀ ਕਹਿੰਨੇ ਆ। ਤੁਸੀਂ ਕਹਿੰਦੇ ਹੋ ਸਬਤ ਤੋੜਨ ਵਾਲਾ ਆ ਤੁਸੀਂ ਕਹਿੰਦੇ ਆ ਕਿ ਉਹ 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 ਸਾਡੇ ਸਾਡੇ ਖਿਲਾਫ ਬੋਲਦਾ ਆ ਪਰ ਉਹ ਕਿ ਨਵੀ ਆ ਤੁਸੀਂ ਜੋ ਮਰਜੀ ਕਹੋ ਤੁਕਿ ਉਹਨਾਂ ਚ ਆਲਰੇਡੀ ਫੁੱਟ ਪੈ ਚੁੱਕੀ ਆ ਉਹਨਾਂ ਚ ਆਲਰੇਡੀ ਫੁੱਟ ਪੈ ਚੁੱਕੀ ਆ ਇੱਕ ਦੇ ਦੋ ਧੜੇ ਬਣ ਚੁੱਕੇ ਆ ਇੱਕ ਦੂਜੇ ਦੇ ਨਾਲ ਲੜਦੇ ਪਏ ਆ ਇੱਕ ਕਹਿੰਦਾ ਨਹੀਂ ਉਹ ਸਬਤ ਨਹੀਂ ਮੰਨਦਾ ਉਹ ਪਾਪੀ ਆ ਕਹਿੰਦੇ ਕਿੱਦਾਂ ਹੋ ਸਕਦਾ ਉਹ ਪਾਪੀ ਆ ਪਾਪੀ ਕਦੀ ਇਦਾਂ ਦੇ ਕੰਮ ਨਹੀਂ ਕਰ ਸਕਦਾ ਇੱਕ ਜਨਮ ਦੇ ਅੰਨੇ ਦੀਆਂ ਅੱਖਾਂ ਪਾਪੀ ਨਹੀਂ ਖੋਲ ਸਕਦਾ ਵੇਖ ਆਪ ਕੁਝ ਹੋ ਰਹਾ ਆਓ ਦੇਖਿਓ ਕੌਣ ਆ ਉਹਨਾਂ ਦੀ ਆਪਸ ਵਿੱਚ ਫੁੱਟ ਪੈ ਗਈ ਆ ਉਹ ਰਲ ਮਿਲ ਕੇ ਉਸ ਬੰਦੇ ਨੂੰ ਵਿਚਾਰੇ ਨੂੰ ਪੁੱਛਦੇ ਜਿਹਨੂੰ ਜਿਹਨੂੰ ਇੱਲ ਦਾ ਨਾਂ ਕੁੱਕੜ ਨਹੀਂ ਆਉਂਦਾ ਪਿਆ ਅੰਨਾ ਹਾਲੇ ਤੱਕ ਅੱਖਾਂ ਨਹੀਂ ਖੁੱਲੀਆਂ ਅੱਜ ਜਦ ਦੀਆਂ ਅੱਖਾਂ ਖੁੱਲੀਆਂ ਕਦੀ ਉਸਨੇ ਕਲਾਮ ਨਹੀਂ ਪੜਿਆ ਕਦੀ ਉਸਨੇ ਵਚਨ ਨਹੀਂ ਪੜਿਆ ਸਿਰਫ ਸੁਣਿਆ ਹੀ ਆ ਉਹਨੂੰ ਪੁੱਛਦੇ ਪਏ ਤੂੰ ਕੀ ਕਹਿਣਾ ਕੈਨ ਯੂ ਬਲੀਵ ਥੈਟ ਪੜਿਆ ਲਿਖਿਆ ਦਾ ਫੈਸਲਾ ਕੌਣ ਕਰਦਾ ਪਿਆ ਬੜੇ ਲਿਖੇ ਆਪਸ ਵਿੱਚ ਲੜਦੇ ਪਏ ਆ ਉਹਨਾਂ ਦਾ ਫੈਸਲਾ ਕੌਣ ਕਰਦਾ ਪਿਆ ਉਹਨਾਂ ਨੇ ਉਹਨੂੰ ਪੁੱਛਿਆ ਕੌਣ ਆ ਉਹ ਕਹਿੰਦਾ ਉਹ ਨਬੀਆ ਪਰ ਯਹੂਦੀ ਇਹ ਮੰਨਣ ਦੇ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨਾ ਸੀ ਅਤੇ ਹੁਣ ਸੁਜਾਖਾ ਹੋ ਗਿਆ ਜਦੋਂ ਤੱਕ ਉਹ ਜਦੋਂ ਤੱਕ ਹੁਣ ਉਹ ਦੇਖਣ ਲੱਗ ਪਿਆ ਸੀ 82 ਮਾਤਾ ਪਿਤਾ ਨੂੰ ਸਾਧ ਨਾ ਲਿਆ ਉਹਨਾਂ ਨੇ ਉਸਦੇ ਮਾਤਾ ਪਿਤਾ ਦੇ ਕੋਲੋਂ ਪੁੱਛਿਆ ਕੀ ਤੁਹਾਡਾ ਇਹ ਤੁਹਾਡਾ ਪੁੱਤਰ ਹੈ ਪਹਿਲੀ ਜੀ ਕੀ ਤੁਸੀਂ ਕਹਿੰਦੇ ਹੋ ਕਿ ਇਹ ਅੰਨਾ ਪੈਦਾ ਹੋਇਆ ਸੀ ਦੂਸਰਾ ਕੁਐਸਚਨ ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ ਕਹਿਣ ਦਾ ਮਤਲਬ ਸਭ ਤੋਂ ਪਹਿਲਾਂ ਇਹ ਤੁਹਾਡਾ ਬੇਟਾ ਆ ਤੁਸੀਂ ਇਹ ਇਸ ਜੀ ਦੇ ਲਈ ਗਵਾਹੀ ਦਿੰਨੇ ਕਿ ਇੰਨਾ ਪੈਦਾ ਹੋਇਆ ਸੀਗਾ ਇਹ ਕਿਦਾਂ ਦੇਖਦਾ ਕਹਿੰਦਾ ਮਤਲਬ ਤੁਸੀਂ ਇਹਨੂੰ ਕਿਹੜੇ ਬਯਾਦ ਕੋਲ ਲੈ ਕੇ ਗਏ ਆ ਤੁਸੀਂ ਇਹਦਾ ਕੀ ਇਲਾਜ ਕਰਾਇਆ ਤੁਸੀਂ ਇਹਦੇ ਕੀ ਡਾਕਟਰ ਦੇ ਕਿੱਥੇ ਲੈ ਕੇ ਗਏ ਆ ਪਰ ਵਿਚਾਰੇ ਕਿੱਥੇ ਲੈ ਕੇ ਜਾਂਦੇ ਸਾਨੂੰ ਆਲਰੇਡੀ ਪਤਾ ਉਹ ਗਰੀਬ ਆ ਸਾਨੂੰ ਆਲਰੇਡੀ ਪਤਾ ਭੀਖ ਮੰਗਦਾ ਸੀ ਅਗਰ ਵਿਚਾਰੀ ਅਮੀਰ ਹੁੰਦੇ ਤਾਂ ਉਹ ਇੰਨਾ ਭੀਖ ਮੰਗਦਾ ਕੋਈ ਅਮੀਰ ਆਪਣੇ ਬੱਚੇ ਨੂੰ ਬਾਹਰ ਘੱਲਦਾ ਕਿ ਜਾ ਭੀਖ ਮੰਗ ਤੇ ਆਪਣਾ ਢੱਡ ਪਰ ਇਦਾਂ ਮਤਲਬ ਕਿ ਉਹਦਾ ਢਿੱਡ ਭਰਨ ਜੋਗੇ ਵੀ ਉਹਨਾਂ ਕੋਲ ਨਹੀਂ ਸੀਗਾ ਕਿ ਉਹਦਾ ਉਹਨੂੰ ਘਰ ਬਿਠਾ ਲ ਕੇ ਉਹਦਾ ਢਿੱਡ ਭਰ ਸਕਣ ਉਹਨੂੰ ਪੀਖ ਮੰਗਣ ਕਲਦੇ ਸੀਗੇ ਕਿ ਜਾ ਤੂੰ ਪੀਖ ਮੰਗ ਕੇ ਲਿਆ ਤੇ ਆਪਣਾ ਗੁਜ਼ਾਰਾ ਕਰ ਔਰ ਉਹ ਉਹਨਾਂ ਨੇ ਉਸ ਨੂੰ ਜਿਸ ਲਈ ਇਹ ਚੀਜ਼ ਕੀ ਉਸਦੇ ਮਾਤਾ ਪਿਤਾ ਨੇ ਉੱਤਰ ਦਿੱਤਾ ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਪਹਿਲੇ ਸਵਾਲ ਦਾ ਜਵਾਬ ਉਹਨਾਂ ਨੇ ਦਿੱਤਾ ਇਹ ਅੰਨਾ ਪੈਦਾ ਹੋਇਆ ਸੀ ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ ਇਸ ਬਾਰੇ ਅਸੀਂ ਨਹੀਂ ਜਾਣਦੇ ਹਾਂ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲੀਆਂ ਹਨ ਉਸ ਤੋਂ ਪੁੱਛ ਲਵੋ ਕਿਉਂਕਿ ਉਹ ਸਿਆਣਾ ਹੈ ਉਹ ਆਪੇ ਹੀ ਦੱਸੇਗਾ ਉਸ ਦੇ ਮਾਤਾ ਪਿਤਾ ਨੇ ਇਸ ਤਰ੍ਹਾਂ ਉੱਤਰ ਦਿੱਤਾ ਕਿਉਂਕਿ ਉਹ ਯਹੂਦੀਆਂ ਦੇ ਮਤ ਯਹੂਦੀਆਂ ਦੇ ਕਿਉਂਕਿ ਯਹੂਦੀਆਂ ਨੇ ਇਹ ਇਹ ਮਤਾ ਪਹਿਲੇ ਹੀ ਕਰ ਲਿਆ ਸੀ ਕਿ ਜੋ ਕੋਈ ਵੀ ਯਸੂ ਨੂੰ ਮਸੀਹ ਕਰਕੇ ਮੰਨੇਗਾ ਉਸ ਨੂੰ ਪ੍ਰਾਰਥਨਾ ਘਰ ਦੇ ਵਿੱਚੋਂ ਛੇਕ ਦਿੱਤਾ ਜਾਵੇਗਾ ਇਸ ਲਈ ਉਸ ਦੇ ਮਾਤਾ ਪਿਤਾ ਨੇ ਇਹ ਕਿਹਾ ਕਿ ਉਹ ਸਿਆਣਾ ਹੈ ਉਸ ਤੋਂ ਪੁੱਛੋ ਐਸ ਇਨ ਦਾ ਸੇਮ ਥਿੰਗ ਟੁਡੇ ਅੱਜ ਵੀ ਇਹੀ ਹੁੰਦਾ ਨਾ 2000 ਸਾਲ ਅਸੀਂ ਡੁੱਟਾ ਪ ਚੁੱਕੇ ਹਾਂ 21ਵੀਂ ਸਦੀ 'ਚ ਅਸੀਂ ਪੈਰ ਰੱਖ ਚੁੱਕੇ ਹਾਂ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਇਹੋ ਹੀ ਚੀਜ਼ਾਂ ਅੱਜ ਵੀ ਹੋ ਰਹੀਆਂ ਹੋਰ ਤੁਸੀਂ ਜਿਹੜੀ ਮਰਜ਼ੀ ਚੀਜ਼ ਨੂੰ ਮੰਨੀ ਜਾਓ ਧਾਰਮਿਕਤਾ ਦਾ ਇਕਤਾ ਹੈ ਪਰ ਜਿਸ ਲੈ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਉਸ ਵੇਲੇ ਛੇਕਿਆ ਜਾਂਦਾ ਉਸ ਬੰਦੇ ਨੂੰ ਛੇਕ ਦਿੱਤਾ ਜਾਂਦਾ ਕਿ ਤੂੰ ਸਾਡੇ ਵਿੱਚੋਂ ਬਾਹਰ ਚੱਲ ਜਾ ਇਹ ਮਥਾ ਉਹਨਾਂ ਨੇ ਪਹਿਲਾਂ ਹੀ ਪਕਾ ਲਿਆ ਸੀ। ਔਰ ਮਾਂ-ਬਾਪ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਸਾਨੂੰ ਸਾਡੇ ਵਿੱਚੋਂ ਛੇਕ ਦੇਣਾ, ਇਹਨਾਂ ਨੇ ਸਾਨੂੰ ਸਾਡੇ ਵਿੱਚੋਂ ਕੱਢ ਦੇਣਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਇਹ ਬਾਲਗ ਹੈ। ਇਹ ਬਾਲਗ ਹੈ। ਹੀ ਇਸ ਅਡਲਟ। ਇਹ ਸਾਡਾ ਬੇਟਾ, ਯੈਸ। ਇਹਨਾਂ ਪੈਦਾ ਹੋਇਆ ਸੀ। ਯੈਸ। ਇਹ ਕਿਦਾਂ ਦੇਖਦਾ? ਸਾਨੂੰ ਨਹੀਂ ਪਤਾ। ਕਿੰਨੇ ਨੂੰ ਠੀਕ ਕੀਤਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਪਰ ਹੁਣ ਇਹ ਦੇਖਤਾ ਕਿੰਡੀ ਵੱਡੀ ਸ਼ੁਕਰਗੁਜ਼ਾਰੀ ਕਰਨ ਦਾ ਮੌਕਾ ਇਹ ਗਵਾ ਬੈਠੇ ਤੀਸਰੀ ਚੀਜ਼ ਦੁਨੀਆ ਤੋਂ ਕਦੀ ਨਾ ਡਰੋ ਧਰਮ ਔਰ ਧਾਰਮਿਕਤਾ ਤੋਂ ਕਦੀ ਨਾ ਡਰੋ ਇਹ ਲੇਖਾ ਲਿਖ ਦਿੱਤਾ ਗਿਆ ਇਸ ਸਜ਼ਾ ਇੱਥੇ ਰਹਿਣਾ ਇਸ ਸਜ਼ਾ ਇੱਥੇ ਰਹਿਣਾ ساری ਦੁਨੀਆ ਇਹ ਪੜਦੀ ਆ 2000 ਸਾਲ ਤੋਂ ਦੁਨੀਆ ਇਹ ਇੱਕ ਚੀਜ਼ ਨੂੰ ਪੜਦੀ ਆ ਰਹੀ ਕਿ ਮਾਂ ਬਾਪ ਜਿਸ ਦਾ ਬੇਟਾ ਠੀਕ ਹੋਇਆ ਸੀ ਜਿਹਨਾਂ ਦਾ ਅੰਨਾ ਬੇਟਾ ਦੇਖਣ ਲੱਗ ਪਿਆ ਸੀ ਉਹ ਪ੍ਰਭੂ ਦੀ ਸ਼ੁਕਰਗੁਜ਼ਾਰੀ ਨਹੀਂ ਉਹਨਾਂ ਨੇ ਕੀਤੀ ਲੋਕਾਂ ਤੋਂ ਡਰ ਕੇ ਲੋਕਾਂ ਤੋਂ ਡਰ ਕੇ ਕਦੀ ਲੋਕਾਂ ਦਾ ਡਰ ਨਾ ਰੱਖੋ ਜਿਸ ਨੇ ਸ਼ੁਕਰਗੁਜ਼ਾਰੀ ਕਰਦੇ ਆ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦੇ ਕਦੀ ਕਿਸੇ ਦਾ ਡਰ ਨਾ ਰੱਖੋ ਡੂ ਇਟ ਕਿਉਂਕਿ ਇਹ ਲੇਖਾ ਪ੍ਰਭੂ ਦੇ ਘਰ ਵੀ ਲਿਖਿਆ ਜਾ ਰਿਹਾ ਜਿਸ ਤਰ੍ਹਾਂ ਇਹ ਲੇਖਾ ਸਾਡੀਆਂ ਅੱਖਾਂ ਦੇ ਸਾਹਮਣੇ ਖੁੱਲਾ ਆ ਇੱਕ ਸਾਡੇ ਕੰਮਾਂ ਦੀ ਕਿਤਾਬ ਵੀ ਆ ਥਿਸ ਇਜ਼ ਅ ਬੁੱਕ ਆਫ ਵਰਕਸ ਜਿਹੜੇ ਅਸੀਂ ਪ੍ਰਭੂ ਦੇ ਲਈ ਕਰਦੇ ਆ ਉਹ ਬੁੱਕ ਆਫ ਵਰਕਸ ਦੇ ਨਾਲ ਸਾਡਾ ਹਿਸਾਬ ਕਿਤਾ ਨਹੀਂ ਕੀਤਾ ਜਾਣਾ ਕਿ ਤੂੰ ਸਵਰਗ ਜਾਣਾ ਕਿ ਨਰਕ ਦੇ ਵਿੱਚ ਜਾਣਾ ਜਿਹੜੀ ਸਾਡੀ ਕੰਮਾਂ ਦੀ ਕਿਤਾਬ ਉਹ ਇਹ ਹੈ ਹੋਏਗੀ ਕਿ ਪ੍ਰਭੂ ਦੇ ਲਈ ਅਸੀਂ ਕੀ ਕੀਤਾ ਪ੍ਰਭੂ ਦੀ ਖਾਤਰ ਅਸੀਂ ਕੀ ਕੀਤਾ ਪ੍ਰਭੂ ਦੀ ਇਸ ਮੁਕਤੀ ਦੀ ਖੁਸ਼ੀ ਦੇ ਵਿੱਚ ਅਸੀਂ ਕੀ ਕੁਸ਼ ਕੀਤਾ ਕੈਨ ਯੂ ਬੀਲੀਵ ਥੈਟ ਇੱਕ ਡਾਕਟਰ ਅਗਰ ਇਹ ਕੰਮ ਕਰ ਦਿੰਦਾ ਤੇ ਉਸ ਨੂੰ ਮੋਢੇ ਤੇ ਚੁੱਕੀ ਫਿਰਨਾ ਅਸੀਂ ਸਾਰੀ ਦੁਨੀਆ ਨੇ ਉਹਨੂੰ ਨੋਬਲ ਪ੍ਰਕਾਸ਼ਕਾਰ ਦੇਣਾ ਸੀ ਲੇਕਿਨ ਇੱਥੇ ਉਸ ਮਾਂ-ਬਾਪ ਨੇ ਇਹ ਕਹਿ ਰਹਾ ਯਾ ਲੋਕਾਂ ਤੇ ਡਰ ਤੂੰ ਅਸੀਂ ਇਸ ਨੂੰ ਜਾਣਦੇ ਨਹੀਂ ਇਸ ਲਈ ਯਹੂਦੀਆਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੋ ਅੰਨਾ ਸੀ ਸਦਿਆ ਅਤੇ ਅਤੇ ਉਸ ਨੂੰ ਕਿਹਾ ਪਰਮੇਸ਼ਵਰ ਦੀ ਵਡਿਆਈ ਕਰ ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ ਉਸਨੇ ਉੱਤਰ ਦਿੱਤਾ ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ ਪਰ ਮੈਂ ਇੱਕ ਗੱਲ ਜ਼ਰੂਰ ਜਾਣਦਾ ਹਾਂ ਮੈਂ ਅੰਨ੍ਹਾ ਸੀ ਪਰ ਹੁਣ ਸੁਝਾਖਾਂ ਆਈ ਵਾਸ ਬਲਾਈਂਡ ਨਾਉ ਆਈ ਕੈਨ ਸੀ ਇਹ ਚੀਜ਼ਾਂ ਦਾ ਹਿਸਾਬ ਕਿਤਾਬ ਤੁਸੀਂ ਆਪ ਹੀ ਲਾਓ ਕਿ ਉਹ ਕੌਣ ਉਹ ਪਾਪੀ ਆ ਉਹ ਨਬੀ ਆ ਉਹ ਕੁਛ ਨਹੀਂ ਇਹਦਾ ਹਿਸਾਬ ਕਿਤਾਬ ਤੁਸੀਂ ਲਾਓ ਕਿਉਂਕਿ ਮੈਂ ਤਾਂ ਐਨੀ ਗੱਲ ਜਾਣਦਾ ਮੈਂ ਅੰਨ੍ਹਾ ਸੀ ਹੁਣ ਮੈਂ ਦੇਖਦਾ ਇਸ ਇੱਕ ਆਇਤ ਤੇ ਤੁਹਾਨੂੰ ਪਤਾ ਕਿੰਨੇ ਗੀਤ ਲਿਖੇ ਗਏ ਆ ਇਸ ਇੱਕ ਆਇਤ ਦੇ ਉੱਤੇ ਕਟੋ-ਕਟਤੀ 35 ਜਿਹੜੇ ਗੀਤ ਇੰਗਲਿਸ਼ ਦੇ ਵਿੱਚ ਹੀ ਲਿਖੇ ਗਏ ਆ ਆਈ ਵਾਸ ਬਲਾਈਂਡ ਨਾਓ ਆਈ ਸੀ ਮੈਂ ਅੰਨ੍ਹਾ ਸੀ ਹੁਣ ਮੈਂ ਦੇਖਦਾ ਵਾੜਾ ਟੈਸਟਮਨੀ ਬੜਾ ਟਾਸ ਟੂ ਮਨੀ ਸਾਡਿਆਂ ਸ਼ਬਦਾਂ ਨੂੰ ਪ੍ਰਭੂ ਬਰਕਤ ਦਿੰਦਾ ਜਿਸ ਲਈ ਸਾਡੀ ਸ਼ੁਕਰਗੁਜ਼ਾਰੀ ਦੇ ਸ਼ਬਦ ਹੁੰਦੇ ਆ ਨਾ ਉਹ ਦੂਰ ਤੱਕ ਦਿਨਾਂ ਤੱਕ ਉਹਨਾਂ ਨੂੰ ਬਰਕਤ ਦਿੰਦਾ ਜਿਹੜੇ ਸਾਡੀ ਸ਼ੁਕਰਗੁਜ਼ਾਰੀ ਦੇ ਸ਼ਬਦ ਹੁੰਦੇ ਆ ਸੋ ਸ਼ਬਦ ਸ਼ੁਕਰਗੁਜ਼ਾਰੀ ਦੇ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਅਸੀਂ ਦੇਖਿਆ ਪ੍ਰਭੂ ਨੇ ਕਿਹਾ ਕਮ ਸ਼ੁਕਰਗੁਜ਼ਾਰੀ ਦੇ ਬਹੁਤ ਜ਼ਰੂਰੀ ਆ ਉਸੇ ਤਰ੍ਹਾਂ ਸ਼ਬਦ ਵੀ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਉਸਨੂੰ ਪੁੱਛਿਆ ਉਸਨੇ ਤੇਰੇ ਨਾਲ ਕੀ ਕੀਤਾ ਉਸਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲੀਆਂ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ ਤੁਸੀਂ ਸੁਣਿਆ ਨਹੀਂ ਹੈ ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ ਕੀ ਤੁਸੀਂ ਕੀ ਤੁਸੀਂ ਵੀ ਉਸਦੇ ਚੇਲੇ ਬਣਨਾ ਚਾਹੁੰਦੇ ਹੋ ਇਸ ਉੱਤੇ ਉਹਨਾਂ ਨੂੰ ਉਹਨਾਂ ਉਸ ਨੂੰ ਕੋ ਬਚਨ ਕਾਏ ਅਤੇ ਬੋਲੇ ਤੂੰ ਹੀ ਉਸਦਾ ਚੇਲਾ ਹੈ ਅਸੀਂ ਤਾਂ ਮੂਸਾ ਦੇ ਚੇਲੇ ਹਾਂ ਤਨ ਹੈ ਉਹ ਲੋਕ ਜਿਨ੍ਹਾਂ ਨੂੰ ਮੇਰੇ ਨਾਮ ਦੀ ਖਾਤਰ ਕੀ ਹਾਂ ਮੇਰੇ ਨਾਮ ਦੀ ਖਾਤਰ ਸਤਾਇਆ ਜਾਂਦਾ ਹੈ ਇਹ ਇੱਕ ਇਹ ਇੱਕ ਹੋਰ ਧੰਨਵਾਦੀ ਦੀ ਅਗਲੀ ਵੀ ਅਗਲੀ ਜਿਹੜੀ ਜਿੱਦਾਂ ਪੌੜੀ ਦੀਆਂ ਡੰਡੇ ਹੁੰਦੇ ਆ ਇਹ ਉਸ ਤੋਂ ਉੱਪਰਲਾ ਡੰਡਾ ਹੈ ਅਗਲਾ ਅਗਲੀ ਪੌੜੀ ਆ ਕਿ ਅਸੀਂ ਦੇਖਦੇ ਪਏ ਹਾਂ ਸਟੈਪ ਬਾਈ ਸਟੈਪ ਹੁਣ ਉਹ ਵੇਲਾ ਆ ਗਿਆ ਉਹਨੂੰ ਯਸੂ ਦੇ ਨਾਮ ਦੇ ਕਾਰਨ ਸਤਾਇਆ ਜਾ ਰਿਹਾ ਉਹਨਾਂ ਨੇ ਉਸ ਨੂੰ ਕਵਚਨ ਬੋਲੇ ਅਸੀਂ ਜਾਣਦੇ ਹਾਂ ਕਿ ਕਵਚਨ ਬੋਲੇ ਤੂੰ ਹੀ ਉਸ ਦਾ ਚੇਲਾ ਹਾਂ ਅਸੀਂ ਤਾਂ موسی ਦਾ ਚੇਲੇ ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ موسی ਦੇ ਨਾਲ ਗੱਲਾਂ ਕੀਤੀਆਂ ਪਰ ਇਹ ਆਦਮੀ ਕਿੱਥੋਂ ਹੈ ਅਸੀਂ ਨਹੀਂ ਜਾਣਦੇ ਹਾਂ ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ ਇਹ ਅਜੀਬ ਗੱਲ ਹੈ ਤੁਸੀਂ ਜਾਣਦੇ ਹੀ ਨਹੀਂ ਹੋ ਕਿ ਉਹ ਕਿੱਥੋਂ ਹੈ ਪਰ ਫਿਰ ਵੀ ਉਸਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਬੜੀ ਵੱਡੀ ਗੱਲ ਉਹਨੇ ਕਹੀ ਆ ਸਾਰੀ ਕੌਮ ਨੇ ਤੁਹਾਨੂੰ 72 ਲੋਕਾਂ ਨੂੰ ਇੱਥੇ ਬਿਠਾ ਕੇ ਰੋਟੀ ਖੁਲਾਉਂਦੇ ਪਏ ਆ ਤੁਹਾਡੇ ਲਈ ਉਹਨਾਂ ਨੇ 72 ਇਸ ਮੰਦਿਰ ਦੇ ਵਿੱਚ ਰਾਜਾ ਹੈਰੋਦੇਸ ਨੇ ਤੁਹਾਡੇ ਲਈ 72 ਇਸ ਮਹਿਲ ਦੇ ਵਿੱਚ ਰਹਿਣ ਦੇ ਲਈ ਜਗ੍ਹਾਵਾਂ ਤਿਆਰ ਕੀਤੀਆਂ ਜਿੱਥੇ ਤੁਹਾਡੇ ਪਰਿਵਾਰ ਰਹਿੰਦੇ ਆ 72 ਤੁਹਾਨੂੰ 72 ਅਨੁਸਾਰੀ ਕੌਮ ਇੱਥੇ ਉਹਨਾਂ ਉਹਨਾਂ ਪੁਜਾਰੀਆਂ ਦੀ ਤਰ੍ਹਾਂ ਮੰਨਦੀ ਪਈ ਆ ਜਿੱਦਾਂ ਕਿ ਜਿੱਦਾਂ ਕਿ ਪਹਿਲਿਆਂ ਸਮਿਆਂ ਦੇ ਵਿੱਚ ਮੰਨਦੇ ਸੀ ਤੁਹਾਨੂੰ ਇਹੋ ਹੀ ਨਹੀਂ ਪਤਾ ਇਹ ਬੰਦਾ ਕਿੱਥੋਂ ਇਹ ਚੀਜ਼ ਉਹਨੇ ਕਹੀ ਉਹਨਾਂ ਨੂੰ ਕਿ ਤੁਸੀਂ ਇਹੋ ਹੀ ਨਹੀਂ ਜਾਣਦੇ ਕਿ ਉਹ ਕਿੱਥੋਂ ਹੈ ਪਰ ਫਿਰ ਵੀ ਉਸਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਅਸੀਂ ਜਾਣਦੇ ਹਾਂ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ ਹੈ ਉਹ ਉਹਨਾਂ ਦੀ ਸੁਣਦਾ ਹੈ ਜਿਹੜੇ ਉਸ ਨੂੰ ਮੰਨਦੇ ਅਤੇ ਉਸ ਦੀ ਇੱਛਾ ਦੇ ਅਨੁਸਾਰ ਚੱਲਦੇ ਹਨ ਕੈਨ ਯੂ ਬਲੀਵ ਥੈਟ ਉਹਨਾਂ 72 ਲੋਕਾਂ ਦੇ ਸਾਹਮਣੇ ਪ੍ਰਭੂ ਉਹਨਾਂ ਨੂੰ ਸਿਖਾ ਰਿਹਾ ਇੱਕ ਅੰਨੇ ਤੋਂ ਇੱਕ ਜਨਮ ਦੇ ਅੰਨੇ ਤੋਂ ਉਹਨਾਂ ਨੂੰ ਸਿਖਿਆ ਦੇ ਰਿਹਾ ਕੀਆ ਹੀ ਇਜ਼ ਅ ਬਰੇਵ ਮੈਨ ਪ੍ਰਭੂ ਦੀ ਉਹ ਬਹਾਦਰੀ ਉਹਦੇ ਅੰਦਰ ਆ ਉਹ ਡਰਦਾ ਨਹੀਂ ਉਹ ਸ਼ੁਕਰਗੁਜ਼ਾਰੀ ਤੋਂ ਨਹੀਂ ਡਰਦਾ ਉਹਨੂੰ ਜਿੱਥੇ ਖੜਾ ਕੀਤਾ ਜਾਂਦਾ ਉਹ ਸ਼ੁਕਰਗੁਜ਼ਾਰੀ ਦੀ ਪੇਂਟ ਚੜਾ ਰਿਹਾ ਉਸ ਨੂੰ ਪਤਾ ਇਹਨਾਂ ਲੋਕਾਂ ਨੇ ਮੰਨਣਾ ਨਹੀਂ ਪਰ ਫਿਰ ਵੀ ਦੱਸ ਰਿਹਾ ਔਰ ਪ੍ਰਭੂ ਨੇ ਦੇਖੋ ਉਹਦੇ ਮੂੰਹ ਚ ਕਿਦਾਂ ਦੇ ਵਚਨ ਪਾਏ ਆ ਕਿੱਦਾਂ ਦੇ ਵਚਨਾਂ ਦੇ ਨਾਲ ਉਸ ਨੂੰ ਪਰ ਦਿੱਤਾ ਕਿ ਪ੍ਰਭੂ ਦੀ ਇਹ ਗੱਲ ਸਹੀ ਨਹੀਂ ਜਿਸ ਲਈ ਪ੍ਰਭੂ ਨੇ ਕਿਹਾ ਕਿ ਕਿ ਇਹ ਨਾ ਸੋਚਣਾ ਕਿ ਮੈਂ ਕੀ ਕਹੂੰਗਾ ਤੁਹਾਨੂੰ ਸੁਭਾਵਾਂ ਦੇ ਅੱਗੇ ਪੇਸ਼ ਕੀਤਾ ਜਾਏਗਾ ਇਹ ਨਾ ਸੋਚਣਾ ਕਿ ਤੁਸੀਂ ਉੱਥੇ ਕੀ ਕਹੋਗੇ ਪਵਿੱਤਰ ਆਤਮਾ ਆਪ ਤੁਹਾਨੂੰ ਇਹੋ ਜਿਹੀ ਸ਼ਬਦ ਦੇਗੀ ਜਿਹੜੇ ਕਦੀ ਤੁਸੀਂ ਸੋਚੇ ਔਰ ਸਮਝੇ ਵੀ ਨਹੀਂ ਹੋਣਗੇ ਕੀ ਇਹਨਾਂ ਇਦਾਂ ਦੇ ਸ਼ਬਦਾਂ ਦੀ ਕੋਈ ਤਿਆਰੀ ਕਰ ਸਕਦਾ ਭੜੇ ਲਿਖੇ ਬੰਦੇ ਕੋਲ ਇਦਾਂ ਦੇ ਸ਼ਬਦ ਨਹੀਂ ਬੋਲ ਹੁੰਦੇ ਜਿੱਦਾਂ ਤੇ ਇਹ ਇਨਸਾਨ ਬੋਲਦਾ ਪਿਆ ਰੀਜ਼ਨ ਸ਼ੁਕਰਗੁਜ਼ਾਰੀ ਇਹਦਾ ਮੂੰਹ ਖੁੱਲਾਇਆ ਪ੍ਰਭੂ ਦਾ ਧੰਨਵਾਦ ਕਰਨ ਦੇ ਲਈ ਦੇਖੋ ਔਰ ਚੱਲਦੇ ਹਨ ਦੁਨੀਆ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲੀਆਂ ਹੋਣ ਜੇਕਰ ਇਹ ਆਦਮੀ ਪਰਮੇਸ਼ਵਰ ਵੱਲੋਂ ਨਾ ਹੁੰਦਾ ਤੇ ਉਹ ਕੁਝ ਨਾ ਕਰ ਸਕਦਾ ਉਹਨਾਂ ਨੇ ਉੱਤਰ ਦਿੱਤਾ ਤੂੰ ਪਾਪਾਂ ਦੇ ਵਿੱਚ ਜੰਮਿਆ ਪਲਿਆ ਹੈ ਕੀ ਕੀ ਤੂੰ ਸਾਨੂੰ ਪੜ੍ਹਾ ਰਿਆ ਹੈ ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਘਰ ਦੇ ਵਿੱਚੋਂ ਸਿਖ ਦਿੱਤਾ ਇਹ ਤਾਂ ਨੀਂ ਚੀਜ਼ ਮੈਂ ਨਹੀਂ ਕਹੀ ਕਿ ਉਹਨਾਂ ਨੂੰ ਪੜ੍ਹਾ ਰਿਆ ਉਹਨਾਂ ਨੇ ਆਪ ਮੰਨਿਆ ਇਸ ਚੀਜ਼ ਨੂੰ ਕਹਿ ਕੇ ਕਿ ਉਹ ਸਾਨੂੰ ਪੜ੍ਹਾਉਂਦਾ ਪਿਆ ਉਹਨਾਂ ਨੇ ਆਪ ਮੰਨਿਆ ਕਿ ਇਹ ਸਾਨੂੰ ਪੜ੍ਹਾਉਂਦਾ ਪਿਆ ਔਰ ਕਿੰਨੀ ਡੂੰਗੀ ਔਰ ਗੈਰੀ ਗੱਲ ਕਰਦਾ ਪਿਆ ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਨਾ ਕਿ ਇਹ ਅੰਨਾ ਇਸ ਲਈ ਪੈਦਾ ਹੋਇਆ ਜਿਹੜੀ ਮੈਂ ਤੁਹਾਨੂੰ ਅੱਜ ਜੀ ਕਹੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸੂਗਾ ਇਹ ਅੰਨਾ ਇਸ ਲਈ ਪੈਦਾ ਹੋਇਆ ਕਿ ਪਰਮੇਸ਼ਰ ਦੇ ਕੰਮ ਪ੍ਰਗਟ ਹੋਣ ਇਹ ਅੰਨਾ ਇਸ ਕਰਕੇ ਪੈਦਾ ਨਹੀਂ ਹੋਇਆ ਕਿ ਇਸ ਦਾ ਆਪਣਾ ਪਾਪ ਇਹ ਦੇ ਮਾਤਾ ਪਿਤਾ ਦਾ ਪਾਪ ਆ ਇਹ ਅੰਨਾ ਇਸ ਲਈ ਪੈਦਾ ਹੋਇਆ ਕਿ ਪਰਮੇਸ਼ਰ ਦਾ ਕੰਮ ਪ੍ਰਗਟ ਹੋਏ ਔਰ ਪਰਮੇਸ਼ਰ ਦਾ ਕੰਮ ਇੱਥੇ ਆ ਕੇ ਐਦਾਂ ਪ੍ਰਗਟ ਹੋਇਆ ਕਿ ਉਹ ਅੰਨਾ ਆਪ ਕਹਿ ਰਿਹਾ ਕਿ ਸਮੇਂ ਦੇ ਸ਼ੁਰੂ ਤੋਂ ਅਸੀਂ ਇਹ ਕਦੀ ਨਾ ਸੁਣਿਆ ਤੇ ਨਾ ਕਦੀ ਦੇਖਿਆ ਕਿ ਕਿਸੇ ਨੇ ਜਨਮ ਦੇ ਅੰਨੇ ਦੀਆਂ ਅੱਖਾਂ ਖੋਲੀਆਂ ਮਸੀਹਾ ਤੁਹਾਡੇ ਵਿੱਚ ਖੜਾ ਆ ਜਿਹਨੇ ਇਹ ਕੰਮ ਕਰਨਾ ਆ ਜਿਹਦੇ ਲਈ ਇਹ ਲਿਖਿਆ ਗਿਆ ਕਿ ਇਤੋਂ ਪਤਾ ਲੱਗੂਗਾ ਕਿ ਮਸੀਹ ਆ ਗਿਆ ਉਹ ਤੁਹਾਡੇ ਵਿੱਚ ਖੜਾ ਆ ਮੈਂ ਜਨਮ ਦਾ ਅੰਨਾ ਤੁਹਾਡੇ ਵਿੱਚ ਖੜਾ ਆ ਜਿਹਦੀਆਂ ਅੱਖਾਂ ਖੁੱਲੀਆਂ ਔਰ ਤੁਸੀਂ ਫੇਰ ਨਹੀਂ ਦੇਖਦੇ ਪਏ ਤੁਸੀਂ ਫੇਰ ਨਹੀਂ ਦੇਖਦੇ ਪਏ ਅਗਰ ਉਸ ਨੂੰ ਮਸੀਹਾ ਕਹਿ ਦਿੰਦੇ ਆ ਤੇ ਜਿਹੜੇ ਧਰਮ ਸਥਾਨ ਉਹਨਾਂ ਦੇ ਦਰਵਾਜ਼ਿਆਂ ਨੂੰ ਤਾਲੇ ਲੱਗ ਜਾਂਦੇ ਆ ਜਦੋਂ ਖਤਮ ਹੋ ਗਈ ਜੋਬਾਂ ਖਤਮ ਹੋ ਗਈਆਂ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਨੇ ਕੀ ਕੀਤਾ ਮਸੀਹਾ ਦੇ ਲਈ ਵੀ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਹਦੇ ਲਈ ਵੀ ਬੰਦ ਕਰ ਦਿੱਤਾ ਔਰ ਕਹਿੰਦਾ ਤੂੰ ਜਾ ਹਾਲੇ ਤੱਕ ਉਸ ਆਦਮੀ ਨੂੰ ਇੰਨਾ ਹੀ ਪਤਾ ਕਿ ਇਹ ਬੰਦਾ نبی ਹੈ ਇਸ ਤੋਂ ਜ਼ਿਆਦਾ ਨਹੀਂ ਪਤਾ ਵਿਚਾਰੇ ਨੂੰ ਕੱਢ ਦਿੱਤਾ ਚਲਾ ਗਿਆ ਲੇਕਿਨ वचन ਦੇ ਵਿੱਚ ਇਸ ਲਈ ਅੱਗੇ ਦੇਖਿਆ ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਛੇਕ ਦਿੱਤਾ ਹੈ ਇਸ ਲਈ ਉਸ ਨੂੰ ਲੱਭ ਕੇ ਯਸੂ ਨੇ ਪੁੱਛਿਆ ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ ਉਸ ਆਦਮੀ ਨੇ ਯਸੂ ਤੋਂ ਪੁੱਛਿਆ ਸ਼੍ਰੀਮਾਨ ਜੀ ਉਹ ਕੌਣ ਹੈ ਮੈਨੂੰ ਦੱਸੋ ਜਾਂ ਮੈਂ ਉਹਨਾਂ ਤੇ ਵਿਸ਼ਵਾਸ ਕਰਾਂ ਯਸੂ ਨੇ ਉੱਤਰ ਦਿੱਤਾ ਤੂੰ ਉਸ ਨੂੰ ਦੇਖ ਚੁੱਕਾ ਹੈ ਅਤੇ ਉਹ ਤੇਰੇ ਨਾਲ ਗੱਲਾਂ ਕਰ ਰਿਹਾ ਹੈ ਉਹ ਹੀ ਹੈ ਉਸ ਆਦਮੀ ਉਹ ਆਦਮੀ ਬੋਲਿਆ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਹਾਂ ਉਸ ਨੇ ਗੋਡਿਆਂ ਪਰਨੇ ਹੋ ਕੇ ਉਸ ਦੀ ਪ੍ਰਣਾਮ ਨਹੀਂ ਪ੍ਰਸਤਸ਼ ਕੀਤੀ ਵਰਸ਼ਿਪ ਕੀਤੀ ਇੱਕ ਬੰਦਾ ਇੱਕ ਵੇਲਾ ਸੀ ਜਿਸ ਲਈ ਉਹ ਅੰਨਾ ਸੀ ਅੱਖਾਂ ਬੰਦ ਸੀ ਯਸੂ ਦੀ ਸਿਰਫ ਉਸ ਨੇ ਆਵਾਜ਼ ਸੁਣੀ ਦੇਖਿਆ ਨਹੀਂ ਸੀ ਹਾਲੇ ਉਹਨੂੰ ਉਹਦੀਆਂ ਅੱਖਾਂ ਦੇ ਉੱਤੇ ਮਿੱਟੀ ਦਾ ਲੇਪ ਲਾ ਦਿੱਤਾ ਔਰ ਕਹਤਾ ਕਿ ਜਾ ਧੋਲਾ ਔਰ ਪ੍ਰਭੂ ਯਸੂ ਤੋ ਚਲੇਗਾ ਉਸ ਨੇ ਸੁਣਿਆ ਸੀ ਕਿ ਯਸੂ ਨੰਗਿਆ ਯਸੂ ਨੇ ਮੇਰੇ ਨਾਲ ਇਹ ਕੀਤਾ ਬਸ ਇਸ ਤੋਂ ਜ਼ਿਆਦਾ ਉਸ ਨੂੰ ਨਹੀਂ ਪਤਾ ਚਿਹਰਾ ਨਹੀਂ ਦੇਖਿਆ ਕਦੀ ਨਹੀਂ ਉਸ ਨੂੰ ਦੇਖਿਆ ਜਿਸ ਲਈ ਉਹਦੀਆਂ ਅੱਖਾਂ ਖੁੱਲੀਆਂ ਤਾਂ ਸਰੀਰਕ ਅੱਖਾਂ ਖੁੱਲੀਆਂ ਉਹਦੀਆਂ ਤਾਂ ਸਰੀਰਕ ਅੱਖਾਂ ਨੇ ਖੁੱਲਣ ਤੇ ਉਹਨੂੰ ਉਸ ਨੂੰ ਇਹ ਪਤਾ ਲੱਗਾ ਕਿ ਸਾਡੇ ਵਿੱਚ ਇੱਕ ਨਬੀ ਆ ਸਾਡੇ ਚ ਇੱਕ ਨਬੀ ਆ ਪ੍ਰਭੂ ਨੇ ਸਾਡੇ ਵਿੱਚ ਇੱਕ ਨਬੀ ਕੱਲਿਆ ਇਹ ਕੰਮ ਕੋਈ ਹੋਰ ਨਹੀਂ ਸੀ ਕਰ ਸਕਦਾ ਇਹ ਪ੍ਰਭੂ ਦਾ ਕੋਈ ਕੱਲਿਆ ਹੋਇਆ ਹੀ ਕਰ ਸਕਦਾ ਇੱਥੇ ਤੱਕ ਹੀ ਵਿਚਾਰੇ ਨੂੰ ਪਤਾ ਸੀ ਕਿ ਨਵੀਆਂ ਵਰਗਾ ਇੱਕ نبی ਆ ਗਿਆ ਐਨੀ ਚੀਜ਼ ਨੂੰ ਲੈ ਕੇ ਉਹ ਤੁਰ ਪਿਆ ਔਰ ਸ਼ੁਕਰਗੁਜ਼ਾਰੀ ਤੋਂ ਬਾਅਦ ਸ਼ੁਕਰਗੁਜ਼ਾਰੀ ਤੋਂ ਬਾਅਦ ਲੋਕਾਂ ਚ ਸ਼ੁਕਰਗੁਜ਼ਾਰੀ ਜਿਸ ਵੇਲੇ ਜਿਸ ਵੇਲੇ ਫਰੀਸੀਆਂ ਦੇ ਕੋਲ ਲਜਾਇਆ ਗਿਆ ਉੱਥੇ ਸ਼ੁਕਰਗੁਜ਼ਾਰੀ ਜਿੱਥੇ ਉਸ ਤੋਂ ਗਾਂ ਫਰੀਸੀਆਂ ਕੋਲ ਲਜਾਇਆ ਗਿਆ ਉੱਥੇ ਸ਼ੁਕਰਗੁਜ਼ਾਰੀ ਸੈਨ ਹੈਦਰਨ ਚ ਲਗਾਇਆ ਗਿਆ ਉੱਥੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਸ਼ੁਕਰਗੁਜ਼ਾਰੀ ਕਰਦਾ ਚੱਲ ਗਿਆ। ਔਰ ਦੁਨੀਆਂ ਨੂੰ ਉਹਦੀ ਸ਼ੁਕਰਗੁਜ਼ਾਰੀ ਭਾਈ ਨਹੀਂ। ਉਸ ਨੂੰ ਛੇਕ ਦਿੱਤਾ। ਤਾਂ ਪ੍ਰਭੂ ਨੇ ਉਸ ਦੀਆਂ ਆਤੜੀਆਂ ਆਤਮਾ ਦੀਆਂ ਅੱਖਾਂ ਸੀ ਉਹ ਵੀ ਖੋਲ੍ਹ ਦਿੱਤੀ। ਪਹਿਲਾਂ ਉਸ ਦੀ ਸਰੀਰ ਦੀਆਂ ਅੱਖਾਂ ਖੁੱਲੀਆਂ ਫਿਰ ਪ੍ਰਭੂ ਨੇ ਉਸ ਦੀ ਆਤਮਾ ਦੀਆਂ ਅੱਖਾਂ ਵੀ ਖੋਲ ਦਿੱਤੀਆਂ ਧਿਆਨ ਦੇ ਨਾਲ ਦੇਖੋ ਸ਼ੁਕਰ ਗੁਜ਼ਾਰ ਦਿਲ ਨੂੰ ਪ੍ਰਭੂ ਲੱਭਦਾ ਫਿਰਦਾ ਪ੍ਰਭੂ ਨੂੰ ساری ਦੁਨੀਆ ਲੱਭਦੀ ਫਿਰਦੀ ਆ ਪਰ ਸ਼ੁਕਰ ਗੁਜ਼ਾਰ ਦਿਲ ਨੂੰ ਪ੍ਰਭੂ ਲੱਭਦਾ ਫਿਰਦਾ ਲੱਭਦਾ ਫਿਰਦਾ ਆ। ਆਈ ਥਿੰਕ ਪਹਿਲੇ ਰਾਜਿਆਂ ਦੀ 17ਵੇਂ ਚੈਪਟਰ ਦੇ ਵਿੱਚ ਆਈ ਥਿੰਕ 16 9 ਆ। ਫਰਸਟ ਕਿੰਗਸ 16 9 ਬੜੀ ਪਿਆਰੀ ਆਇਤ ਆ ਜੇ ਮੈਨੂੰ ਲੱਭ ਗਈ ਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਮੰਗਦਾ ਇਸ ਤੋਂ ਤੁਹਾਨੂੰ ਬਰਕਤ ਮਿਲੂਗੀ। ਪਹਿਲੇ ਰਾਜਾ ਉਸਦੀ 16 9 ਇਤਿਹਾਸ ਦੇ ਬੁੱਕ ਚ 16 ਨਾ ਹਾਂ ਆ ਹਾਂ ਪਹਿਲਾ ਇਤਿਹਾਸ ਪਹਿਲਾ ਇਤਿਹਾਸ ਮਾਫ ਕਰਨਾ ਉਸ ਦਾ 16ਵਾਂ ਭਾਗ ਕਿਸਤਾਰਮਾ ਭਾਗ ਨਹੀਂ ਤੋ ਦੂਸਰਾ ਇਤਿਹਾਸ 16 9 ਯਸ ਦੂਸਰਾ ਇਤਿਹਾਸ ਮਾਫ ਕਰਨਾ ਦੂਸਰਾ ਇਤਿਹਾਸ 16 9 ਮੈਦਾ ਲਿਖਿਆ ਨਹੀਂ ਸੀਗਾ ਦੂਸਰਾ ਇਤਿਹਾਸ 16 ਉਸਦੀ 9ਵੀਂ ਆਇਤ ਦੇਖੋ ਇਸ ਆਇਤ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਪ੍ਰਭੂ ਦੀਆਂ ਅੱਖਾਂ ਸਭ ਧਰਤੀ ਵਾਸੀਆਂ ਨੂੰ ਦੇਖ ਰਹੀਆਂ ਹਨ ਕਿ ਉਹ ਉਹਨਾਂ ਨੂੰ ਸ਼ਕਤੀ ਦੇਵੇ ਜੋ ਉਸ ਦੇ ਆਗਿਆਕਾਰੀ ਰਹਿੰਦੇ ਹਨ ਆਗਿਆਕਾਰੀ ਜਿਹੜਾ ਦਿਲ ਹੁੰਦਾ ਨਾ ਉਹਦੀ ਜਿਹੜੀ ਪਹਿਲੀ ਆਗਿਆਕਾਰੀ ਦਿਲ ਦੀ ਜਿਹੜੀ ਸਭ ਤੋਂ ਪਹਿਲੀ ਚੀਜ਼ ਗਿਣੀ ਜਾਂਦੀ ਉਹ ਹੈ ਸ਼ੁਕਰਗੁਜ਼ਾਰੀ। obedient heart is always a thankful heart. thankful heart ਜਿਹੜਾ obedient heart ਆ ਨਾ ਉਹ ਸ਼ੁਕਰਗੁਜ਼ਾਰੀ ਕਰਨ ਦੇ ਲਈ ਕੁਝ ਨਾ ਕੁਝ ਲੱਭ ਲੈਂਦਾ। ਅਜਿਹਾ ਕਿਹਾ ਕਿਸੇ ਨੇ ਬਹੁਤ ਸੋਹਣਾ ਜੋਕ ਸੁਣਾਇਆ ਕਿ ਉਹਦਾ ساری ਦੁਨੀਆ ਦੇ ਵਿੱਚ ਘੁੰਮਿਆ ਤੇ ਜਿਸ ਲਈ ਕਹਿੰਦਾ ਉਹ ਹਿੰਦੁਸਤਾਨ ਦੇ ਵਿੱਚ ਗਿਆ ਤੇ ਜਿਹੜਾ ਪਹਿਲਾ ਬੰਦਾ ਸੀਗਾ ਉਹਨੂੰ ਮਿਲਿਆ ਉਹਦੀਆਂ ਦੋਨੇ ਲੱਤਾਂ ਨਹੀਂ ਸੀ ਕੰਮ ਕਰਦੀਆਂ ਤਾਂ ਉਹਨੇ ਉਹਨੇ ਉਹਨੂੰ ਪੁੱਛਿਆ ਉਹਨੇ ਨਾਲ ਦੇਖ ਕੇ ਉਸਨੇ ਕਹਾ ਕਹਿੰਦਾ ਤੇਰੀਆਂ ਦੋਨੇ ਲੱਤਾਂ ਨਹੀਂ ਕੰਮ ਕਰਦੀਆਂ ਕਹਿੰਦਾ ਪ੍ਰਭੂ ਦਾ ਸ਼ੁਕਰ ਹੈ ਮੇਰੀਆਂ ਬਾਹਾਂ ਤਾਂ ਕੰਮ ਕਰਦੀਆਂ ਨਾ ਉਹ ਅੱਗੇ ਗਿਆ ਤੇ ਉਸਨੂੰ ਬੰਦਾ ਮਿਲਿਆ ਇੱਕ ਐਸਾ ਬੰਦਾ ਮਿਲਿਆ ਜਿਸਨੂੰ ਉਹਨਾਂ ਨੇ ਰੇੜੀ ਦੇ ਉੱਤੇ ਬਿਠਾਇਆ ਸੀਗਾ ਉਹ ਉਹਦੀਆਂ ਨਾਲ ਲੱਤਾਂ ਨਾਲ ਬਾਹਾਂ ਬੰਦ ਕੰਮ ਕਰਦੀਆਂ ਸੀ। ਉਹ ਕਹਿੰਦਾ ਉਹਨੇ ਉਸ ਨਾਲ ਬੜਾ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਤੇਰੀਆਂ ਨਾ ਲੱਤਾਂ ਕੰਮ ਕਰਦੀਆਂ ਨਾ ਬਾਹਾਂ ਕੰਮ ਕਰਦੀਆਂ। ਉਹ ਕਹਿੰਦਾ ਕਮ ਸੇ ਕਮ ਮੇਰਾ ਮੂੰਹ ਤਾਂ ਕੰਮ ਕਰਦਾ ਨਾ। ਤੈਨੂੰ ਐਸੇ ਬੰਦੇ ਵੀ ਮਿਲਣਗੇ ਜਿਨ੍ਹਾਂ ਦਾ ਮੂੰਹ ਵੀ ਕੰਮ ਨਹੀਂ ਕਰਦਾ। ਮੈਂ ਗਾ ਸਕਦਾ। ਮੈਂ ਬਹੁਤ ਕੁਝ ਕਰ ਸਕਦਾ। ਸ਼ੁਕਰ ਗੁਯਾਰ ਜਿਹੜਾ ਦਿਲ ਹੁੰਦਾ ਨਾ ਉਦੇ ਆਲੇ ਦੁਆਲੇ ਉਹ ਆਪਣੇ ਆਲੇ ਦੁਆਲੇ ਨੂੰ ਹਰੀਆਲੀ ਬਣਾ ਦਿੰਦਾ ਲੇਕਿਨ ਜਿਹੜਾ ਦਿਲ ਸ਼ੁਕਰਗੁਜ਼ਾਰ ਨਹੀਂ ਹੁੰਦਾ ਉਹ ਅਬੀਡੈਂਟ ਵੀ ਨਹੀਂ ਹੁੰਦਾ ਪ੍ਰਭੂ ਦੀਆਂ ਅੱਖਾਂ ਉਹਨਾਂ ਲੋਕਾਂ ਨੂੰ ਲੱਭਦੀਆਂ ਫਿਰਦੀਆਂ ਜਿਹੜੇ ਆਗਿਆਕਾਰ ਔਰ ਪ੍ਰਭੂ ਦੀਆਂ ਅੱਖਾਂ ਨੇ ਲੱਭਦੇ ਲੱਭਦੇ ਇਸ ਬੰਦੇ ਨੂੰ ਲੱਭ ਲਿਆ ਪਰਬੂ ਦੇ ਬਚਨ ਦੇ ਵਿੱਚ ਲਿਖਿਆ ਮੈਂ ਨਹੀਂ ਕਹਿ ਰਿਹਾ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਲੱਭ ਕੇ ਕਿਹਾ ਯਿਸੂ ਨੇ ਉਸ ਨੂੰ ਲੱਭ ਕੇ ਕਿਹਾ ਪੁੱਛਿਆ ਤੈਨੂੰ ਕੀ ਕੀਤਾ ਉਹ ਕਹਿੰਦਾ ਮੈਨੂੰ ਉਹਨਾਂ ਨੇ ਛੇਕ ਦਿੱਤਾ ਕਹਿੰਦਾ ਤੂੰ ਪਰਮੇਸ਼ਰ ਦੇ ਉਸ ਇਕੱਲੇ ਹੋਏ ਪਰਮੇਸ਼ਰ ਦੇ ਪੁੱਤਰ ਨੂੰ ਮਨੁੱਖ ਦੇ ਪੁੱਤਰ ਦੇ ਬਾਰੇ ਆ ਜਾਣਦਾ ਉਹ ਕਹਿੰਦਾ ਕੌਣ ਆ ਤੂੰ ਕੌਣ ਆ ਮੈਨੂੰ ਦਿਖਾ ਉਹ ਮੈਂ ਹੀ ਆ ਉਸਨੇ ਇਸ ਦੁਨੀਆ ਦਾ ਨਜ਼ਾਰਾ ਵੀ ਦੇਖਿਆ ਜਦ ਪ੍ਰਭੂ ਨੇ ਉਸ ਦੀਆਂ ਅੱਖਾਂ ਖੋਲੀਆਂ ਤੇ ਉਸਨੇ ਇਸ ਦੁਨੀਆ ਦਾ ਨਜ਼ਾਰਾ ਦੇਖਿਆ ਜਦ ਉਸ ਦੀਆਂ ਅੰਦਰ ਦੀਆਂ ਅੱਖਾਂ ਖੋਲੀਆਂ ਤੇ ਉਸਨੇ ਪ੍ਰਭੂ ਦੇ ਚਿਹਰੇ ਦਾ ਨਜ਼ਾਰਾ ਦੇਖਿਆ ਪਰ ਪ੍ਰਭੂ ਦੇ ਚਿਹਰੇ ਦਾ ਨਜ਼ਾਰਾ ਉਹਦੋਂ ਤੱਕ ਨਹੀਂ ਉਹ ਦੇਖ ਸਕਿਆ ਜਦ ਤੱਕ ਇਹ ਉਸ ਦਾ ਮੂੰਹ ਇੰਨਾ ਸ਼ੁਕਰਗੁਜ਼ਾਰ ਨਹੀਂ ਹੋ ਗਿਆ ਕਿ ਜਿਹੜੀਆਂ ਚੀਜ਼ਾਂ ਨੂੰ ਉਹ ਦੇਖਦਾ ਸੀ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਕਹਿ ਦਿੱਤਾ ਕਿ ਤੂੰ ਸਾਡੇ ਯੋਗ ਨਹੀਂ ਜਾਓ ਤੇ ਕੋਈ ਜਾ ਮੈਂ ਤੁਹਾਨੂੰ ਸ਼ੁਕਰਗੁਜ਼ਾਰੀ ਦਾ ਵੇਲਾ ਦਊਂਗਾ ਟਾਈਮ ਦਊਂਗਾ ਹੁਣ ਛੋਟੀ ਛੋਟੀ ਇੱਕ ਇੱਕ ਸੈਂਟੈਂਸ ਦੀ ਸ਼ੁਕਰਗੁਜ਼ਾਰੀ ਕਰਿਓ ਪਰਬੂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕੀਤਾ ਇਸ ਅੰਨੇ ਦੀ ਤਰ੍ਹਾਂ ਉਹ ਸਾਨੂੰ ਲੈ ਕੇ ਆਇਆ ਇਸ ਅੰਨੇ ਦੀ ਤਰ੍ਹਾਂ ਉਸ ਨੇ ਸਾਡੀਆਂ ਅੱਖਾਂ ਖੋਲੀਆਂ ਕਿ ਅਸੀਂ ਪ੍ਰਭੂ ਨੂੰ ਜਾਣਿਆ ਸਾਡੇ ਵਿੱਚ ਕੋਈ ਵੀ ਐਸਾ ਬੰਦਾ ਬੈਠਾ ਨਹੀਂ ਬੈਠਾ ਜਿਹੜਾ ਖਾਨਦਾਨੀ ਮਸੀਹੀ ਹੈ ਸਾਡਾ ਛੋਟਾ ਜਿਹਾ ਗਰੁੱਪ ਆ ਪਰ ਪ੍ਰਭੂ ਦਾ ਸ਼ੁਕਰ ਕਰੋ ਹਜ਼ਾਰ ਚਰਚ ਦੇ ਗਰੁੱਪ ਦੇ ਵਿੱਚ ਇੰਨੇ ਲੋਕ ਨਹੀਂ ਬੈਠੇ ਹੋ ਜਿਹੜੇ ਪਹਿਲੀ ਵਾਰੀ ਮਸੀਹੀ ਹਾਂ ਅਜੀਬ ਚੀਜ਼ ਇਹ ਆ ਕਿ ਸਾਡੀ 100% ਚਰਚ ਪਹਿਲੀ ਵਾਰੀ ਮਸੀਹੀ ਆ ਅਸੀਂ ਪਹਿਲੀ ਵਾਰ ਉਹ ਲੋਕ ਆ ਜਿਨ੍ਹਾਂ ਨੇ ਪ੍ਰਭੂ ਨੂੰ ਅਸਵੀਕਾਰ ਕੀਤਾ ਸਾਡੇ ਚ ਇੱਕ ਵੀ ਖਾਨਦਾਨੀ ਮਸੀਹੀ ਨਹੀਂਗਾ ਸਾਡੇ ਚ ਕੋਈ ਐਸ ਕਰ ਐਸਾ ਨਹੀਂ ਜਿਹੜਾ ਬੈਠਾ ਇਹ ਕਹਿ ਸਕਦਾ ਮੈਂ ਮਸੀਹੀ ਇਸ ਕਰਕੇ ਆ ਕਿਉਂਕਿ ਮੇਰਾ ਦਾਦਾ ਮਸੀਹੀ ਸੀ ਇੱਕ ਵੀ ਸਾਡੇ ਚ ਹਰੇਕ ਨੂੰ ਇਹ ਅੰਨੇ ਦੇ ਵਾਂਗ ਪ੍ਰਭੂ ਪਹਿਲੀ ਵਾਰੀ ਮਿਲਿਆ। ਔਰ ਪ੍ਰਭੂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕੀਤੇ ਆ। ਸੋ ਕਦੀ ਹੋ ਨਹੀਂ ਸਕਦਾ ਕਿ ਸਾਡੇ ਮੂੰਹ ਚ ਸ਼ੁਕਰਗੁਜ਼ਾਰੀ ਨਾ ਹੋਏ। ਮੈਂ ਦੁਆ ਕਰੂੰਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਚੈਲੰਜ ਕਰੂੰਗਾ। ਇੱਕ ਇੱਕ ਸੈਂਟੈਂਸ ਦੇ ਨਾਲ ਪ੍ਰਭੂ ਦੀ ਸ਼ੁਕਰਗੁਜ਼ਾਰੀ। ਉਸਦੇ ਨਾਮ ਨੂੰ ਕਰ ਕਰਤੀ ਹੈ ਪ੍ਰਭੂ ਜੀ ਮੈਂ ਤੇਰਾ ਬਹੁਤ ਸ਼ੁਕਰ ਕਰਦਾ ਇਸ ਸਮੇਂ ਦੇ ਲਈ ਇਸ ਵੇਲੇ ਦੇ ਲਈ ਔਰ ਤੇਰੇ ਇਸ ਪਵਿੱਤਰ वचन ਦੇ ਲਈ ਜੋ ਸਾਡੇ ਦਿਲਾਂ ਨੂੰ ਸਾਡੇ ਆ ਮਨਾਂ ਦੇ ਨਾਲ ਪ੍ਰਭੂ ਜੀ ਗੱਲ ਕਰਦਾ ਅਸੀਂ ਤੇਰੇ ਘਰ ਆਉਣੇ ਆ ਆਪਣੀਆਂ ਮੁਸੀਬਤਾਂ ਮਾਨਸਿਕ ਤਨ ਦੀਆਂ ਮੁਸੀਬਤਾਂ ਜਾਨ ਦੀਆਂ ਮੁਸੀਬਤਾਂ ਨੂੰ ਲੈ ਕੇ ਪਰ ਤੇਰੇ ਘਰੋਂ ਤੈਨੂੰ ਪਾ ਕੇ ਜਾਣੇ ਸੁਨੇਰੇ ਮਾਲਕ ਐਸ ਵੇਲੇ ਮੈਂ ਆਪਣੇ ਆਪ ਨੂੰ ਔਰ ਤੇਰੇ ਬੱਚਿਆਂ ਨੂੰ ਤੇਰੇ ਹੱਥਾਂ ਦੇ ਵਿੱਚ ਦਿਨਾ ਕਿਆਸੀਂ ਸਭ ਮਿਲ ਕੇ ਤੇਰੇ ਨਾਮ ਦੀ ਸ਼ੁਕਰਗੁਜ਼ਾਰੀ ਕਰ ਸਕੀਏ ਔਰ ਤੇਰੇ ਨਾਮ ਨੂੰ ਧੰਨ ਕਹਿ ਸਕੀਏ ਕਿਉਂਕਿ ਤੂੰ ਇਸ ਤੇ ਯੋਗ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਦੇ ਲਈ ਵੀ ਪ੍ਰਭੂ ਜੀ ਸ਼ੁਕਰ ਕਰਦਾ ਜੋ ਸਾਡੇ ਨਾਲ ਐਸ ਵਿਲੇ ਜਗਾ ਜਗਾ ਬੈਠੇ ਤੇਰੇ ਨਾਮ ਨੂੰ ਉੱਚਾ ਕਰ ਹਿੰਦੁਸਤਾਨ ਦੇ ਵਿੱਚ ਇਸ ਮੁਲਕ ਦੇ ਵਿੱਚ ਔਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਅੱਜ ਤੇਰੇ ਨਾਮ ਨੂੰ ਧੰਨ ਕਿਹਾ ਜਾ ਰਿਹਾ ਤੂੰ ਹਰ ਇੱਕ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਆਮੀਨ